ਮਾਂ ਦਾ ਦਰਜਾ ਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਬਿਨਾਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੀ ਇਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸਵਰਗੇ ਸਰਦਾਰਨੀ ਗਿਆਨ ਕੌਰ ਜੀ। ਮਾਤਾ ਗਿਆਨ ਕੌਰ ਜੀ ਬਹੁਤ ਹੀ ਚੰਗੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਪ੍ਰਤੀ ਆਧਾਰ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਹੀ ਅਪਣਾਏ ਹੋਏ ਮਾਰਗ 'ਤੇ ਆਪਣੇ ਬੱਚਿਆਂ ਨੂੰ ਵੀ ਚੱਲਣ ਦੀ ਸਿੱਖਿਆ ਦਿੱਤੀ। ਬੀਤੇ ਦਿਨੀ ਮਾਤਾ ਗਿਆਨ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਿੰਡ ਜੱਕੋਪੁਰ ਕਲਾਂ ਬੱਲਾ ਕਲੋਈਆਂ ਖਾਸ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਗਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮਾਤਾ ਗਿਆਨ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਨੰਬਰਦਾਰ ਗੁਰਦੀਪ ਸਿੰਘ ਸਰਪੰਚ, ਹਰਭਜਨ ਕੌਰ ਸਪੁੱਤਰ ਨੂੰ, ਸੁਖਵੀਰ ਸਿੰਘ ਯੂਕੇ ਰਵਿੰਦਰ ਕੌਰ ਸਪੁੱਤਰ ਨੂੰ, ਗੁਰਪ੍ਰੀਤ ਸਿੰਘ USA ਸਤਿੰਦਰ ਸਿੰਘ ਥਿੰਦ ਪੋਤਰੇ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਜਿਸ ਦਿਨ ਬੱਚਾ ਬਾਪ ਦੀ ਇੱਜ਼ਤ ਨੂੰ ਇੱਜ਼ਤ ਸਮਝਣ ਲੱਗ ਜਾਏ ਨਾ, ਇਹ ਪੁੱਤ ਨੂੰ ਉਹਨੂੰ ਪੱਗ ਬਣਾਉਂਦੇ ਵੀ ਪੁੱਤ ਤੂੰ ਆਹ ਪੱਗ ਜਿਹੜੀ ਨਾ ਆਪਣੀ ਸਿੱਖੀ ਦੀ ਧਿਆਨ ਰੱਖਣਾ, ਮਾੜਾ ਕੰਮ ਨਹੀਂ ਕਰਨਾ, ਇਹ ਮਰਜ਼ਾਦਾ ਬਣਾਈਆਂ ਨੇ ਆਪਣੇ ਗੁਰੂਆਂ ਨੇ। ਉੱਧਰ ਵੀ ਲੋਕ ਇਕੱਠੇ ਹੁੰਦੇ ਨੇ ਦਸਤਾਰ ਹੁੰਦੀ ਹੈ, ਫਿਰ ਜਿਸ ਦਿਨ ਵਿਆਹ ਹੁੰਦਾ ਉਦਨ ਵੀ ਸਾਰੇ ਲੋਕ ਇਕੱਠੇ ਹੁੰਦੇ ਤਾਂ ਵਿਆਹ ਹੁੰਦਾ ਵੀ ਦੋ ਜੀਆਂ ਦਾ ਜੋੜ ਜੁੜਨ ਲੱਗਾ, ਭਾਈ ਆਓ ਵੇਖੋ ਬੈਠੋ ਕੁਝ ਸਿੱਖੋ। ਫਿਰ ਜਿਸ ਦਿਨ ਆਹ ਵੇਲਾ ਹੁੰਦਾ, ਇਸ ਤੋਂ ਪਹਿਲਾਂ ਜਦੋਂ ਕੋਈ ਚਲਾਉਣਾ ਕਰਦਾ ਉਦਨ ਵੀ ਸਾਰੇ ਇਕੱਠੇ ਹੁੰਦੇ ਵੀ ਜਿਹੜਾ ਤੁਸੀਂ ਕਿਸੇ ਨੂੰ ਵੇਖਦੇ ਕੋਈ ਆਇਆ ਕੋਈ ਵੱਡਾ ਹੋਇਆ ਦਸਤਾਰ ਬੰਦੀ ਹੋਈ, ਕੋਈ ਦਸਤਾਰ ਬੰਦੀ ਤੋਂ ਬਾਅਦ ਵਿਆਹ ਹੋਇਆ, ਵਿਆਹ ਹੋਣ ਤੋਂ ਬਾਅਦ ਕੋਈ ਚਲਾਉਣਾ ਕਰਦਾ, ਸਾਰਾ ਜੀਵਨ ਲੋਕਾਂ ਦੀਆਂ ਅੱਖਾਂ ਸਾਹਮਣੇ ਲੰਘੇ, ਗੁਰੂਆਂ ਨੇ ਐਸਾ ਸਾਡੀ ਮਰਜ਼ਾਦਾ ਬਣਾਈ। ਫਿਰ ਜਿਸ ਦਿਨ ਕੋਈ ਤੁਰ ਜਾਂਦਾ ਆ ਲਾਸਟ ਵੇਲਾ ਹੁੰਦਾ, ਜਿੱਦਾਂ ਦੁੱਖ ਦਾ ਸੁਪਨਾ ਵੀ ਆ ਸਕਦਾ ਸੁੱਖ ਦਾ ਵੀ ਆ ਸਕਦਾ, ਇਸ ਤਰ੍ਹਾਂ ਦੁਨੀਆਂ ਦੁੱਖਾਂ ਵਾਲੀ ਵੀ ਹੈ ਸੁੱਖਾਂ ਵਾਲੀ ਵੀ, ਇਹਦੇ ਵਿੱਚ ਹਕੀਕਤ ਕੋਈ ਨਹੀਂ। ਜਿਉਂ ਸੁਪਨਾ ਯਾਰ ਵੇਖਣਾ ਫਿਰ ਕੀ ਕਰੀ, ਐਸੇ ਜਗ ਕੋ ਜਾਣ, ਜਗ ਨੂੰ ਇਸ ਤਰ੍ਹਾਂ ਜਾਣੀ ਜਿਵੇਂ ਦੁੱਖ ਦੇ ਸੁਪਨੇ ਆਉਂਦੇ ਤੇ ਸੁੱਖ ਦੇ ਆਉਂਦੇ ਆ, ਹਕੀਕਤ ਕੁਝ ਵੀ ਨਹੀਂ। ਕਦੇ ਅਸੀਂ ਦੁਖੀ ਹੁੰਦੇ ਹਾਂ ਕਦੇ ਅਸੀਂ ਸੁਖੀ ਹੁੰਦੇ ਹਾਂ, ਨਾ ਦੁੱਖ ਸਦਾ ਬਣਿਆ ਰਹਿੰਦਾ ਨਾ ਸੁੱਖ ਹੀ ਸਦਾ ਬਣਿਆ ਰਹਿੰਦਾ ਵਾ। ਜਿਹੜਾ ਅੱਜ ਦੁਖੀ ਬੰਦਾ ਕੱਲ੍ਹ ਨੂੰ ਸੁਖੀ ਹੋ ਸਕਦਾ, ਜਿਹੜਾ ਅੱਜ ਸੁਖੀ ਬੰਦਾ ਉਹ ਕੱਲ੍ਹ ਨੂੰ ਦੁਖੀ ਹੋ ਸਕਦਾ, ਇਸ ਗੱਲ ਦੀ ਜਾਣਕਾਰੀ ਰੱਖੀ ਤੇ ਜਿਉਂਦੇ ਜੀ ਜੀਣਾ ਹੀ। ਜਿਉਂ ਸੁਪਨਾ ਅਰ ਵੇਖਣਾ ਸੱਚੇ ਰੱਬ ਵਾਸਤੇ ਬੜਾ ਔਖਾ ਉੱਠ। ਤੋ ਇਹ ਜਿਹੜੇ ਸ਼ਬਦ ਆਪਾਂ ਬਾਰ ਬਾਰ ਪੜ੍ਹਦੇ ਹਾਂ ਕਿਸੇ ਦੇ ਜਾਣ ਮਗਰੋਂ, ਸਿਰਫ ਸਾਨੂੰ ਚੇਤਾ ਕਰਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਬਈ ਮਾਤਾ ਗਿਆਨ ਕੌਰ ਤਾਂ ਚਲੇ ਗਈ, ਉਹ ਬੜੀਆਂ ਮਤਾਵਾਂ ਹੋਰ ਨੇ, ਬੜੇ ਬਾਪੂ ਹੋਰ ਨੇ, ਰਹਿਣਾ ਕਿਸੇ ਨੇ ਨਹੀਂ ਭਾਈ। ਜਿੰਨੇ ਜਿਉਂਦੇ ਆ ਜਿਉਂਦੇ ਗਏ ਉਹਨਾਂ ਚਿਰ ਰੱਬ ਨਾਲ ਜੁੜਿਆ ਜਾਵੇ, ਜਿਹਨੂੰ ਪਾਠ ਆਉਂਦਾ ਉਹ ਪਾਠ ਕਰੇ, ਜਿਹਨੂੰ ਬਾਣੀ ਆਉਂਦੀ ਉਹ ਬਾਣੀ ਪੜ੍ਹੇ, ਤੇ ਜਿਹਨੂੰ ਨਹੀਂ ਆਉਂਦਾ ਕੁਝ ਉਹ ਵਾਹਿਗੁਰੂ ਦਾ ਨਾਮ ਤਾਂ ਜਾ ਸਕਦਾ ਹੈ। ਵਾਹਿਗੁਰੂ ਦਾ ਨਾਮ ਜਪੇ ਇੱਕ ਵਾਰੀ, ਫਿਰ ਪਿਆਰ ਵਿੱਚ ਦੋ ਵਾਰੀ ਜਪੋ,
ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉਠਿਆ ਦੇ ਮਹਾਂਵਾਕ ਅਨੁਸਾਰ ਪੂਜੀ ਮਾਤਾ ਗਿਆਨ ਕੌਰ ਜੀ ਥੋੜ੍ਹੇ ਦਿਨ ਪਹਿਲਾਂ ਚਲਾਣਾ ਕਰ ਗਏ, ਜਿਨ੍ਹਾਂ ਦੀ ਯਾਦ ਵਿੱਚ ਪਰਸੋਂ ਦੇ ਰੱਖੇ ਗਏ ਅਖੰਡ ਪਾਠ ਸਾਹਿਬ ਤੋਂ ਉਪਰੰਤ ਅੱਜ ਖੁੱਲ੍ਹੇ ਗੁਲਾਲ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਬੜੇ ਸੱਚੇ ਢੰਗ ਦੇ ਨਾਲ ਬੜੇ ਅੰਮ੍ਰਿਤਮਈ ਬੋਲਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ਼ੇਰ ਕਰੰਗੀ ਥੋੜ੍ਹਾ ਚਿਰ ਜ਼ਰੂਰ ਆਈ ਆ, ਪਰ ਮੈਂ ਤਾਂ ਇਹੋ ਹੀ ਅਰਦਾਸ ਕਰਦਾ ਕਿ ਪਰਮਾਤਮਾ
ਇਹਨਾਂ ਨੂੰ ਇਸ ਮਾਤਾ ਨੂੰ ਆਪਣੇ ਸਵਰਗਾਂ ਦੇ ਵਿੱਚ ਨਿਵਾਸ ਬਖਸ਼ੇ। ਸੋ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੀ ਸੰਗਤਾਂ ਆਈਆਂ, ਜਿਨ੍ਹਾਂ ਦੇ ਵਿੱਚ ਸਰਦਾਰ ਹਰਦੇਵ ਸਿੰਘ ਜੀ ਲਾਡੀ ਸਿਰੋਂ ਵਾਲੀ MLA ਸਾਹਿਬ ਉਹ ਪਹੁੰਚੇ ਆ, ਹੋਰ ਵੀ ਸੰਗਤਾਂ ਹੈਗੀਆਂ ਜੋ ਮਾਤਾ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਸੋ ਮੈਂ ਬੇਨਤੀ ਕਰੂੰਗਾ, ਥੋੜ੍ਹਾ ਥੋੜ੍ਹਾ ਸਮਾਂ ਆਪਾਂ ਟਾਈਮ ਲੈਣਾ ਆ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਹਰਭਜਨ ਸਿੰਘ ਜੀ ਪ੍ਰਧਾਨ ਗੱਡੀ ਰਾਏਪੁਰ ਤੋਂ, ਉਹ 2 ਮਿੰਟ ਲਈ ਆਉਣ ਮੈਂ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਅੱਜ ਤੋਂ ਕੁਛ ਦਿਨ ਪਹਿਲਾਂ ਸਤਿਕਾਰਯੋਗ ਮਾਤਾ ਗਿਆਨ ਕੌਰ ਜੀ, ਜੋ ਕਿ ਸਾਡੇ ਸਤਿਕਾਰਯੋਗ ਮੇਰੇ ਵੀਰ ਸਰਦਾਰ ਗੁਰਦੀਪ ਸਿੰਘ ਜੀ, ਉਹਨਾਂ ਦੇ ਮਾਤਾ ਜੀ ਮਾਤਾ ਗਿਆਨ ਕੌਰ ਜੋ ਸਦੀਵੀ ਵਿਛੋੜਾ ਦੇ ਕੇ ਇਸ ਲੋਕ ਦੇ ਵਿੱਚੋਂ ਪਰਲੋਕ ਸੁਧਾਰ ਗਏ ਸੀ, ਉਹਨਾਂ ਦੀ ਅੱਜ ਅੰਤਿਮ ਅਰਦਾਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੱਜਣ ਮਿੱਤਰ ਰਿਸ਼ਤੇਦਾਰ ਜਿੱਥੋਂ ਜਿੱਥੋਂ ਵੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਆਪਦਾ ਦੁੱਖ ਸਾਂਝਾ ਕਰਦੇ ਸਰਦਾਰ ਗੁਰਦੀਪ ਸਿੰਘ ਦੇ ਪਰਿਵਾਰ ਦੇ ਕੋਲ ਪਹੁੰਚੇ ਆ। ਸਗਾ ਸਭ ਤਜ ਗਏ
ਸਤ ਮਿਟੈ ਬਸ ਆਪਣੇ ਤ੍ਰੈ ਗੁਣਾ
ਭਵਨ ਚਤਰ ਸੰਸਾਰਾ ਜਗ ਇਛਨਾਨ ਤਾਪ ਥਾਰ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਗਿਆਨ ਉਨ ਘਰ ਘਰ ਮਿਲਿਓ ਦੂਆ ਤਿਸ ਹੀ ਬਾਤ ਕਾਦ ਤਿਸ ਹੀ ਪੈ ਸਗਲੇ ਆਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਤੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਤੇ ਆਇਆ ਖਾਤੇ ਸੰਤ ਪ੍ਰਸਾਦ ਸਤਿ ਨਾਮ ਵਾਹਿਗੁਰੂ
ਅੱਜ ਦਾ ਇਹ ਪ੍ਰੋਗਰਾਮ ਸਤਿਕਾਰ ਯੋਗ ਭਾਈ ਗੁਰਦੀਪ ਸਿੰਘ ਜੀ ਔਰ ਭੈਣ ਜੀ ਹਰਭਜਨ ਕੌਰ, ਸਰਦਾਰ ਸੁਖਬੀਰ ਸਿੰਘ ਜੀ ਔਰ ਭੈਣ ਜੀ ਰਵਿੰਦਰ ਕੌਰ ਔਰ ਸੁਰਜੀਤ ਕੌਰ ਭੈਣ ਜੀ ਔਰ ਭਾਈ ਸਾਧੂ ਸਿੰਘ ਜੀ, ਭੈਣ ਜੀ ਸੁਰਜੀਤ ਕੌਰ, ਭਾਈ ਸੁਖਦੇਵ ਸਿੰਘ ਜੀ, ਭੈਣ ਜੀ ਮਨਜੀਤ ਕੌਰ, ਭਾਈ ਰਜਿੰਦਰ ਸਿੰਘ ਜੀ ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਭੈਣ ਜੀ ਅਮਨਜੀਤ ਕੌਰ ਔਰ ਭਾਈ ਸਤਿੰਦਰ ਸਿੰਘ ਜੀ, ਇਹ ਸਾਰੇ ਪਰਿਵਾਰ ਵੱਲੋਂ ਮਾਤਾ ਜੀ ਦੇ ਨਿਮਿੱਤ ਬਹੁਤ ਹੀ ਪਿਆਰ ਨਾਲ ਗੁਰਮੁਖ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਲਗਾ ਰਹੇ ਹੋ ਪਰਿਵਾਰ ਦੇ ਨਾਲ। ਕੁਝ ਸਮਾਂ ਅਸੀਂ ਆਪ ਜੀ ਦੇ ਦਰਸ਼ਨ ਕਰਨੇ ਹਨ ਸ਼ਬਦ ਰਾਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਹਾਂਵਾਕ ਹੈ, ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇ ਹੰਜ ਨੂੰ ਅਚਿੰਤੇ ਬਾਜ ਪਏ। ਜਿਸ ਤਰ੍ਹਾਂ ਇੱਕ ਦਰਿਆ ਹੈ ਉਸ ਤਰ੍ਹਾਂ ਇਹ ਸੰਸਾਰ ਹੁੰਦਾ ਹੈ, ਜਿਸ ਤਰ੍ਹਾਂ ਉੱਥੇ ਦਰਿਆ ਦੇ ਕੰਢੇ ਬੰਗਲਾ ਬੈਠਾ ਹੁੰਦਾ ਉਸ ਤਰ੍ਹਾਂ ਸੰਸਾਰ ਦੇ ਕੰਢੇ ਉੱਤੇ ਇਨਸਾਨ ਬੈਠਾ ਹੁੰਦਾ। ਸਾਨੂੰ ਕਦੋਂ ਮੌਤ ਨੇ ਆਉਣ ਵਿੱਚ ਵੱਡਾ ਮਾਰ ਲੈਣਾ ਇਹ ਵਾਹਿਗੁਰੂ ਜਾਣਦਾ। ਅਸੀਂ ਤੇ ਆਪਣੀਆਂ ਸੋਚਾਂ ਵਿੱਚ ਰੁੱਝੇ ਰਹਿੰਦੇ, ਜਿਵੇਂ ਬੰਗਲਾ ਆਪਣੇ ਖਾਣੇ ਦੀ ਸੋਚ ਵਿੱਚ ਰੁੱਝਾ ਰਹਿੰਦਾ, ਪਰ ਮੌਤ ਬੰਗਲੇ ਨੂੰ ਵੀ ਆ ਜਾਂਦੀ ਹੈ। ਉਹ ਹਾਲਾਂਕਿ ਕਿਸੇ ਮੱਛੀ ਨੂੰ ਮਾਰਨ ਦੀ ਖਾਣ ਦੀ ਸੋਚ ਵਿੱਚ ਹੁੰਦਾ। ਸੋ ਇਸ ਕਰਕੇ ਆਪਾਂ ਜੇ ਸ਼ਬਦ ਪੜ੍ਹ ਰਹੇ ਹਾਂ, ਸਤਸੰਗ ਜੀ ਗੁਰੂ ਜੀ ਦਾ ਫਰਮਾਨ ਹੈ ਕਿ ਜਿਸ ਤਰ੍ਹਾਂ ਅਸੀਂ ਕਦੀ ਸੋਚਿਆ ਨਹੀਂ ਹੁੰਦਾ ਕਿ ਅਸੀਂ ਨਹੀਂ ਖਤਮ ਹੋ ਜਾਣਾ। ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਹੰਜ ਨੂੰ ਚਿੰਤੇ ਬਾਜ ਪਏ। ਅਚਿੰਤੇ ਥੋੜਾ ਕੀ ਪੁੱਟਾ ਹੈ, ਅਚਿੰਤ ਕਹਿੰਦਾ ਜਿਹੜਾ ਸੋਚਿਆ ਨਾ ਹੋਵੇ ਕਦੀ ਕੰਮ। ਅਚਿੰਤੇ ਬਾਜ ਪਏ, ਬਾਜ ਪਏ ਤੇ ਸਰਬ ਦੇ, ਤੇ ਬਾਜ ਕਿੰਨੇ ਬਣਾਏ ਸੀ, ਜਿਹਨੇ ਸਾਨੂੰ ਵੀ ਬਣਾਇਆ ਬਾਜ ਨੂੰ ਵੀ ਬਣਾਇਆ। ਬਾਜ ਪਏ ਤੇ ਸਰਬ ਦੇ, ਕੇਲਾਂ ਵਿਸਰੀਆਂ ਕੇਲਾਂ ਮੈਂ ਸਨਾ ਸਲਾਹਾਂ ਵਿਸਰੀਆਂ, ਸਾਡੀਆਂ ਜੋ ਵੀ ਪਲੈਨ ਸੀ ਕਿ ਆਹ ਕਰਨਾ ਆਹ ਕਰਨਾ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚਿੱਤੇ ਸਨ, ਜਿਹੜੀ ਸਲਾਹ ਵੀ ਕਦੇ ਵੀ ਕੀਤੀ ਸੀ ਕਿ ਮੌਤ ਵੀ ਹੋ ਜਾਣੀ, ਜੋ ਮਨ ਚਿੱਤ ਨਾ ਚਿੱਤੇ ਸਨ, ਸੋ ਗੱਲ ਨਹੀਂ ਰੱਬ ਦੀਆਂ, ਉਹ ਗੱਲਾਂ ਸਾਡੇ ਨਾਲ ਹੋ ਗਈਆਂ ਜਿਹੜੀਆਂ ਅਸੀਂ ਕਦੇ ਸੋਚੀਆਂ ਨਹੀਂ। ਇੱਕ ਤਾਂ ਉਹ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਸੋਚਦੇ ਹਾਂ, ਮੌਤ ਉਹ ਗੱਲ ਹੁੰਦੀ ਹੈ ਸਾਡੇ ਨਾਲ ਜਿਹੜੀ ਅਸੀਂ ਕਦੇ ਵੀ ਨਹੀਂ ਸੋਚੀ ਸੀ ਕਿ ਅਸੀਂ ਜਾਣਾ ਕਦੋਂ ਨਾ ਜਾਣਾ। ਆਓ ਇਹ ਸ਼ਬਦ ਅਸੀਂ ਪੜ੍ਹ ਰਹੇ ਹਾਂ ਸਰਵਣ ਕਰੋ। ਬਾਜ
ਜਿਸ ਦਿਨ ਬੱਚਾ ਬਾਪ ਦੀ ਇੱਜ਼ਤ ਨੂੰ ਇੱਜ਼ਤ ਸਮਝਣ ਲੱਗ ਜਾਏ ਨਾ, ਇਹ ਪੁੱਤ ਨੂੰ ਉਹਨੂੰ ਪੱਗ ਬਣਾਉਂਦੇ ਵੀ ਪੁੱਤ ਤੂੰ ਆਹ ਪੱਗ ਜਿਹੜੀ ਨਾ ਆਪਣੀ ਸਿੱਖੀ ਦੀ ਧਿਆਨ ਰੱਖਣਾ, ਮਾੜਾ ਕੰਮ ਨਹੀਂ ਕਰਨਾ। ਇਹ ਮਰਜ਼ਾਦਾ ਬਣਾਈਆਂ ਨੇ ਆਪਣੇ ਗੁਰੂਆਂ ਨੇ। ਉੱਧਰ ਵੀ ਲੋਕ ਇਕੱਠੇ ਹੁੰਦੇ ਨੇ ਦਸਤਾਰ ਹੁੰਦੀ ਹੈ, ਫਿਰ ਜਿਸ ਦਿਨ ਵਿਆਹ ਹੁੰਦਾ ਉੱਧਰ ਵੀ ਸਾਰੇ ਲੋਕ ਇਕੱਠੇ ਹੁੰਦੇ ਤਾਂ ਵਿਆਹ ਹੁੰਦਾ। ਦੋ ਜੀਆਂ ਦਾ ਜੋੜ ਜੋੜਨ ਲੱਗਾ, ਭਾਈ ਆਓ ਵੇਖੋ ਬੈਠੋ ਕੁਝ ਸਿੱਖੋ। ਫਿਰ ਜਿਸ ਦਿਨ ਆਹ ਵੇਲਾ ਆਉਂਦਾ, ਇਸ ਤੋਂ ਪਹਿਲਾਂ ਜਦੋਂ ਕੋਈ ਚਲਾਣਾ ਕਰਦਾ ਉਦੋਂ ਵੀ ਸਾਰੇ ਇਕੱਠੇ ਹੁੰਦੇ ਵੀ ਜਿਹੜਾ ਤੁਸੀਂ ਕਿਸੇ ਨੂੰ ਵੇਖਦੇ, ਕੋਈ ਆਇਆ ਕੋਈ ਵੱਡਾ ਹੋਇਆ ਦਸਤਾਰਬੰਦੀ ਹੋਈ, ਕੋਈ ਦਸਤਾਰਬੰਦੀ ਤੋਂ ਬਾਅਦ ਵਿਆਹ ਹੋਇਆ, ਵਿਆਹ ਹੋਣ ਤੋਂ ਬਾਅਦ ਕੋਈ ਚਲਾਣਾ ਕਰਦਾ, ਸਾਰਾ ਜੀਵਨ ਲੋਕਾਂ ਦੀਆਂ ਅੱਖਾਂ ਸਾਹਮਣੇ ਲੰਘੇ, ਗੁਰੂਆਂ ਨੇ ਐਸਾ ਸਾਡੀ ਮਰਜ਼ਾਦਾ ਬਣਾਈ। ਫਿਰ ਜਿਸ ਦਿਨ ਕੋਈ ਤੁਰ ਜਾਂਦਾ ਆ ਲਾਸਟ ਵੇਲਾ ਹੁੰਦਾ, ਜਦੋਂ ਫਿਰ ਤੁਸੀਂ ਇਕੱਠੇ ਹੁੰਦੇ ਹੋ। ਹੁਣ ਧਿਆਨ ਲੱਗ ਕੇ ਦੇਖੋ, ਸੰਗਤ ਤਾਂ ਉਹੀ ਹੈ ਨਾ ਜਿਹੜੀ ਵਿਆਹ ਵਾਲੇ ਦਿਨ ਹੁੰਦੀ ਹੈ,
ਸੰਗਤ ਤਾਂ ਉਹ ਜਿਹੜੀ ਇੱਕੀ ਵਾਲੇ ਦਿਨ ਆਉਂਦੀ ਹੈ, ਸੰਗਤ ਉਹੀ ਹੈ ਜਿਹੜੀ ਭੋਗ ਵਾਲੇ ਦਿਨ ਆਉਂਦੀ ਹੈ। ਮਹਾਰਾਜ ਸਾਨੂੰ ਕਈ ਕੁਛ ਦੱਸਦੇ ਆ ਕਿ ਦੁਨੀਆਂ 'ਚ ਕਿਸ ਤਰ੍ਹਾਂ ਬੰਦਾ ਆਉਂਦਾ, ਕਿਸ ਤਰ੍ਹਾਂ ਵੱਧਦਾ ਫੁੱਲਦਾ, ਕਿਸ ਤਰ੍ਹਾਂ ਵੱਧ ਫੁੱਲ ਕੇ ਭਾਈ ਤੁਰ ਜਾਂਦਾ ਵਾ, ਨਾਲ ਨਹੀਂ ਕੋਈ ਚੀਜ਼ ਲੈ ਕੇ ਜਾ ਸਕਦਾ। ਤੋ ਜਿੰਨਾ ਚਿਰ ਵੀ ਦੁਨੀਆਂ 'ਚ ਰਹਿ, ਪੂਰੇ ਆਨੰਦ ਵਿੱਚ ਰਹਿ, ਨਾ ਕਿਸੇ ਨੂੰ ਤੂੰ ਤੰਗ ਕਰ ਅਤੇ ਨਾ ਤੈਨੂੰ ਕੋਈ ਤੰਗ ਕਰੇ। ਜਿੰਨੀਆਂ ਵੀ ਅਦਾਲਤਾਂ ਨੇ ਭਰੀਆਂ ਪਈਆਂ ਨੇ, ਮਨੁੱਖਾਂ ਲਈ ਕੇਸ ਚੱਲਣ ਲੈ, ਇਸ ਕਰਕੇ ਕਿ ਦੁਨੀਆਂ ਦੇ ਉੱਤੇ ਆਣ ਕੇ ਆਪ ਵੀ ਤੰਗ ਹੋਏ ਅਤੇ ਦੂਜਿਆਂ ਨੂੰ ਵੀ ਤੰਗ ਕੀਤਾ, ਭਾਵੇਂ ਕਸੂਰ ਜਿਹਦਾ ਮਰਜ਼ੀ ਹੋਵੇ, ਇੱਕ ਧਿਰ ਤਾਂ ਹੁੰਦਾ ਹੀ ਆ। ਤੋ ਇਸ ਕਰਕੇ ਗੁਰੂਆਂ ਨੇ ਸਾਨੂੰ ਮਰਜ਼ਾ ਬਖਸ਼ੀਆਂ ਨੇ ਕਿ ਦੁਨੀਆਂ 'ਤੇ ਆਏ ਹੋ, ਜਿੱਦਣ ਆਏ ਉੱਦਣ ਵੀ ਖਾਲੀ ਹੱਥ, ਅਤੇ ਜਿੱਦਣ ਜਾਣਾ ਉੱਦਣ ਵੀ ਖਾਲੀ ਹੱਥ, ਅਤੇ ਬੰਦਿਆਂ ਤੋਂ ਪ੍ਰੇਮ ਨਾਲ ਰਹਿ ਸਕੀ।
ਕੋਸ਼ਿਸ਼ ਕਰੀਏ ਤੁਹਾਨੂੰ ਦੱਸੀਏ ਕਿ ਸ਼ਬਦ ਕਿਉਂ ਸੁਣਿਆ ਜਾ ਰਿਹਾ।
ਆਖਿਰਕਾਰ ਕਿਉਂ ਕੀਰਤਨ ਹੁੰਦਾ, ਕਿਉਂ ਆਪਾਂ ਸੁਣਦੇ ਹਾਂ, ਐਡੀਆਂ ਦੀ ਕਿਹੜੀ ਗੱਲ ਹੈ? ਸਤਸੰਗ ਜਿਵੇਂ ਤੁਸੀਂ ਪਹਿਲਾਂ ਸੁਣਿਆ ਸੱਜਣ ਦੇ ਬਾਰੇ ਕਿ ਸੱਜਣ ਕੌਣ ਹੁੰਦੇ ਆ, ਵਰਨਾ ਤੇ ਆਪਾਂ ਉਹ ਹੀ ਸੁਣਦੇ ਰਹਿੰਦੇ ਹਾਂ ਕਿ ਸੱਜਣ ਖੋਲੇ ਉਹਨੂੰ ਆਖਿਆ ਜਿਹੜਾ ਚਲੇ ਗਿਆ। ਨਹੀਂ, ਉਹ ਵੀ ਸਾਡਾ ਸੱਜਣੀ ਆ, ਕੋਈ ਸ਼ੱਕ ਨਹੀਂ। ਮਨੁੱਖੀ ਮਾਤਰ ਵਿੱਚ ਹਰੇਕ ਬੰਦਾ ਇੱਕ ਦੂਜੇ ਦਾ ਸੱਜਣ ਹੁੰਦਾ, ਪਰ ਅਸਲੀਅਤ ਵਿੱਚ ਸੱਜਣ ਉਹੀ ਆ ਨਾ ਜਿਹੜੇ ਸਾਡੇ ਨਾਲ ਆਏ ਸੀ ਜੰਮਦਿਆਂ, ਅੱਖ ਨੱਕ ਕੰਨ ਮੂੰਹ ਲੱਤਾਂ ਪੈਰ, ਜਿਨ੍ਹਾਂ ਨੂੰ ਅਸੀਂ ਵਰਤ ਵਰਤ ਕੇ ਦੁਨਿਆਵੀ ਆਨੰਦ ਲੈਂਦੇ ਹਾਂ। ਪਾਤਸ਼ਾਹ ਜਿੱਥੇ ਉਹਨਾਂ ਸੱਜਣਾਂ ਦੀ ਗੱਲ ਕਰਦੇ ਆ ਜਾਣ ਦਾ ਦੁੱਖ ਹੁੰਦਾ, ਉੱਥੇ ਦੋ ਤਿੰਨ ਚੀਜ਼ਾਂ ਸਤਸੰਗ ਸਾਨੂੰ ਸਮਝਾਉਂਦੇ ਆ। ਇਹ ਸ਼ਬਦ ਦੀ ਪਹਿਲੀ ਤੁਕ ਵਿੱਚ ਬਾਦਸ਼ਾਹ ਕਹਿੰਦੇ ਤੇਰੇ ਕੋਲ ਆਉਂਦੀਆਂ ਜ਼ਰੂਰ ਨੇ ਦੋ ਤਿੰਨ ਚੀਜ਼ਾਂ ਹੋਰ ਵੀ, ਤੂੰ ਸੋਚਦਾ ਹੈ ਹੁਣ ਸਦਾ ਰਹਿਣੀਆਂ ਨੇ ਅਤੇ ਤੂੰ ਗਲਤੀ ਕਰ ਪੈਂਦਾ ਵਾ, ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਤੇਰੇ ਕੋਲ ਨਹੀਂ ਜਿਹੜੀਆਂ ਆਉਂਦੀਆਂ। ਸਭ ਤੋਂ ਪਹਿਲੀ ਲਾਈਨ ਪਹਿਲੀ ਪੰਕਤੀ ਵਿੱਚ ਇਸ ਸ਼ਬਦ ਜਿਹੜਾ ਤੁਸੀਂ ਸੁਣਿਆ, ਗੁਰੂ ਮਹਾਰਾਜ ਕਹਿੰਦੇ ਧੰਨ ਜੋ ਬਨ ਅਰ ਫੁੱਲੜਾ ਨਾਟੀਅੜੇ ਦਿਨ ਚਾਰ। ਇਹ ਹੁਣ ਚਾਰ ਚੀਜ਼ਾਂ ਹੋਈਆਂ ਜੀ। ਪਹਿਲੀ ਚੀਜ਼ ਕਿਹੜੀ? ਧੰਨ। ਦੂਜੀ ਚੀਜ਼ ਕਿਹੜੀ? ਜੋਬਨ, ਜਿਹਨੂੰ ਆਪਾਂ ਜਵਾਨੀ ਕਹਿੰਦੇ ਹਾਂ। ਤੀਸਰੀ ਚੀਜ਼ ਕਿਹੜੀ ਆ? ਫੁੱਲ। ਅਤੇ ਚੌਥੀ ਕਿਹੜੀ ਆ? ਪ੍ਰਾਹੁਣੇ। ਇਹ ਚਾਰ ਚੀਜ਼ਾਂ ਜਿੰਨਾ ਕੁ ਮੈਂ ਬੋਲਿਆ ਦੇ ਵਿੱਚ ਗਿਣੀਆਂ ਮਹਾਰਾਜ ਜੀ ਨੇ। ਪਹਿਲੀ ਫਿਰ ਬੋਲਣ ਸਮਝੋ, ਧੰਨ ਜੋਬਨ ਅਰ ਫੁੱਲੜਾ ਨਾਟੀਅੜੇ ਦਿਨ ਚਾਰ। ਕਹਿੰਦੇ ਜੇ ਕਿਸੇ ਕੋਲ ਪੈਸਾ ਆ ਜਾਵੇ ਉਹ ਵੀ ਚਾਰ ਕੁ ਦਿਨਾਂ ਲਈ ਹੁੰਦਾ ਹੁੰਦਾ ਵਾ, ਸਦਾ ਰਹਿੰਦਾ ਨਹੀਂ। ਅੱਜ ਕੱਲ੍ਹ ਉਹ ਆਪਾਂ ਕਢਾਇਆ ਪੈਸਾ ਬੈਂਕ 'ਚੋਂ ਅਤੇ ਆਪਾਂ ਘਰ ਕੋਲ ਰੱਖਾਂਗੇ, ਕਿਤੇ ਨਾ ਕਿਤੇ ਖਰਚਾਂਗੇ, ਭਾਵੇਂ ਪੈੜੀ ਲਈਏ ਉਹਦੀ, ਭਾਵੇਂ ਕੋਈ ਗੱਡੀ ਲੈ ਲਈਏ, ਭਾਵੇਂ ਕੋਈ ਕੋਠੀ ਪਾ ਲਈਏ, ਪੈਸਾ ਆਪਾਂ ਰੱਖ ਕੇ ਕੀ ਕਰਨਾ? ਵਰਤਣਾ ਹੀ ਹੈ। ਧੰਨ ਵੀ ਚਲੇ ਜਾਣ ਵਾਲੀ ਚੀਜ਼ ਹੋ ਗਈ ਕੋਲੋਂ। ਫਿਰ ਜਵਾਨੀ, ਜਿੱਥੇ ਜਵਾਨੀ ਆ ਜਾਂਦੀ ਆ, ਜਵਾਨੀ ਆਉਣ ਦਾ ਤਾਂ ਪਤਾ ਲੱਗਦਾ ਹੈ, ਪਰ ਜਦੋਂ ਜਵਾਨੀ ਹੱਥੋਂ ਨਿਕਲਦੀ ਆ ਉਦੋਂ ਮੈਨੂੰ ਪਤਾ ਲੱਗਦਾ ਹੈ। ਜਿੰਨੀਆਂ ਮਰਜ਼ੀ ਗੋਲੀਆਂ ਖਾ ਲਓ, ਜਿੰਨੀ ਮਰਜ਼ੀ ਤਾਕਤ ਦੇ ਕੈਪਸੂਲ ਖਾ ਲਓ, ਜਿੰਨਾ ਮਰਜ਼ੀ ਦੁੱਧ ਹੀ ਕਿਹੜਾ ਮੁੱਕ ਜਾਂਦਾ ਮੁੜ ਕੇ? ਜਿਹਦੇ ਨਾਲ ਜਵਾਨੀ ਆਉਂਦੀ ਆ ਅਤੇ ਖਾਣ ਖਾ ਲਈ ਵੀ ਮੁੰਡਾ ਜਵਾਨ ਹੋਇਆ, ਮੁੜ ਕੇ ਕਿਹੜੀਆਂ ਚੀਜ਼ਾਂ ਮੁੱਕ ਜਾਂਦੀਆਂ? ਮਹਾਰਾਜ ਕਹਿੰਦੇ ਜਵਾਨੀ ਵੀ ਆ ਕੇ ਚਲੇ ਜਾਂਦੀ ਆ, ਇਹ ਵੀ ਨਹੀਂ ਰਹਿੰਦੀ। ਧੰਨ ਜੋਬਨ, ਇਹ ਦੋ ਗਿਣੀਆਂ ਗਈਆਂ। ਅਰ ਫੁੱਲੜਾ, ਘਰ ਵਿੱਚ ਤੁਸੀਂ ਫੁੱਲ ਲਾਏ, ਬੜਾ ਪਾਣੀ ਪਾਇਆ, ਬੜੀ ਗੋਡੀ ਕੀਤੀ, ਬੜੀ ਖਾਦ ਰੂੜੀ ਪਾਈ, ਅਤੇ ਮੁੜ ਕੇ ਕਿਹੜੀ ਖਾਦ ਮੁੱਕ ਗਈ, ਕਿਹੜੀ ਰੂੜੀ ਮੁੱਕ ਗਈ, ਕਿਹੜਾ ਰੰਬਾ ਘਰੋਂ ਕਿਸ ਚੁੱਕ ਕੇ ਲੈ ਗਿਆ, ਫਿਰ ਫੁੱਲ ਕਿਉਂ ਸੁੱਕ ਗਿਆ? ਪਾਤਸ਼ਾਹ ਕਹਿੰਦੇ ਨੇ ਸੁੱਕਣਾ ਹੀ ਸੀ। ਚੌਥੀ ਚੀਜ਼, ਘਰ ਵਿੱਚ ਅੱਜ ਪ੍ਰਾਹੁਣਾ ਤੁਸੀਂ ਬੜੀ ਸੇਵਾ ਕਰੋ, ਪ੍ਰਾਹੁਣਾ ਬੜਾ ਖੁਸ਼ ਹੋਵੇ, ਅਤੇ ਪ੍ਰਾਹੁਣਾ ਚੌਵਾਂ ਪੰਜਾਂ ਦਿਨਾਂ ਬਾਅਦ ਕਹਿ ਹੀ ਦਿੰਦਾ ਨਾ, ਹੁਣ ਤਾਂ ਖੈਰ ਚੌਂ ਪੰਜਾਂ ਦਿਨਾਂ ਵਾਲੀ ਗੱਲ ਗਈ ਹੈ, ਅਤੇ ਦੋ ਕੁ ਘੰਟਿਆਂ ਦਾ ਗੱਲ ਰਹਿ ਗਈ ਸਾਰੀ। ਕੋਈ ਆ ਜਾਏ ਮਿਲਣ, ਹਰੇਕ ਦੋ ਘੰਟਿਆਂ ਬਾਅਦ ਨਿਕਲਦਾ, ਚੰਗਾ ਜੀ ਛੁੱਟੀ ਦਿਓ, ਫਿਰ ਹੁਣ ਮੇਰਾ ਸਰਦਾ ਨਹੀਂ। ਪਾਤਸ਼ਾਹ ਕਹਿੰਦੇ, ਪਾਤਸ਼ਾਹ ਨੇ ਚਾਰ ਦਿਨ ਲਿਖਿਆ, ਉਦੋਂ ਲੋਕ ਚਾਰ ਦਿਨ ਪੰਜ ਪੰਜ ਦਿਨ ਲਿਖ ਦਿੰਦੇ ਸੀ। ਇਹ ਜਿਹੜੀ ਚੌਥੀ ਜੀ ਨਾਠੀ ਜਿਹੜੇ ਲਿਖਿਆ, ਇਹ ਲਿਖਿਆ ਪ੍ਰਾਹੁਣੇ।
ਬਾਦਸ਼ਾਹ ਕਹਿੰਦੇ ਜੇ ਪੈਸਾ ਆ ਜਾਏ ਉਹ ਵੀ ਚਲੇ ਜਾਂਦਾ ਹੀ ਰਹਿੰਦਾ ਨਹੀਂ ਹੋ, ਜਵਾਨੀ ਆ ਜਾਏ ਉਹ ਵੀ ਚਲੇ ਜਾਂਦੀ ਉਹ ਰਹਿੰਦੀ ਨਹੀਂ ਹੋ, ਫੁੱਲ ਦੀ ਖੁਸ਼ਬੂ ਵੀ ਚਲ ਜਾਂਦੀ ਉਹ ਫੁੱਲ ਦਾ ਰੰਗ ਰੂਪ ਵੀ ਚਲ ਜਾਂਦਾ ਮਰ ਜਾ ਜਾਂਦਾ ਇਹ ਵੀ ਨਹੀਂ ਰਹਿੰਦਾ, ਪ੍ਰਾਹੁਣਾ ਕੋਈ ਆ ਜਾਏ ਤੇ ਉਹ ਵੀ ਨਹੀਂ ਰਹਿੰਦਾ। ਪਾਤਸ਼ਾਹ ਕਹਿੰਦੇ ਤੂੰ ਵੀ ਇਸ ਤਰ੍ਹਾਂ ਹੀ ਆਇਆ ਜੀ, ਜਿਸ ਤਰ੍ਹਾਂ ਪ੍ਰਾਹੁਣਾ ਆ ਕੇ ਮੁੜ ਜਾਂਦਾ ਨਾ ਉਹਦਾ ਘਰ ਭਾਵੇਂ ਛੋਟਾ ਹੋਵੇ, ਅੱਖਾਂ ਦੀ ਕੁੰਡੀ ਹੋਵੇ, ਤੇਰੀ ਕੋਠੀ ਵੱਡੀ ਬਣੀ ਹੋਵੇ, ਉਹ ਇਹ ਨਹੀਂ ਕਹਿੰਦਾ ਕਿ ਹੁਣ ਤਾਂ ਮੈਨੂੰ ਵੱਡੀ ਕੋਠੀ ਬਹੁਤ ਆਨੰਦ ਮਿਲ ਰਿਹਾ, ਚੱਲ ਇੱਥੇ ਰਹਿ ਪੈਂਦੇ ਸਦਾ ਲਈ, ਉਹ ਤੇ ਆਪਣੀ ਅੱਖਾਂ ਦੀ ਕੁੰਡੀ ਵਾਲੇ ਨੂੰ ਘਰ ਪੈਂਦਾ ਤੇ ਵੱਜ ਸੀ। ਉਹ ਰੱਬ ਦਾ ਘਰ ਸੀ ਜਿਸ ਰੱਬ ਨੇ ਸਾਨੂੰ ਇਸ ਦੁਨੀਆਂ 'ਤੇ ਭੇਜਿਆ, ਅਤੇ ਅਸੀਂ ਪ੍ਰਾਹੁਣਿਆਂ ਵਾਂਗੂੰ ਆਏ, ਫੁੱਲਾਂ ਵਾਂਗੂੰ ਆਣ ਕੇ ਖਿੜੇ, ਲੋਕਾਂ ਨੂੰ ਖੁਸ਼ਬੂ ਦਿੱਤੀ, ਲੋਕਾਂ ਨੂੰ ਪ੍ਰੇਮ ਪਿਆਰ ਵੰਡਿਆ, ਮੁੜ ਕੇ ਤੈਨੂੰ ਵਾਪਸ ਜਾਣਾ ਪੈਂਦਾ, ਐਸਾ ਇਹ ਸ਼ਬਦ ਆ ਜਿਹੜਾ ਤੁਸੀਂ ਹੁਣੇ ਰੰਗ ਦੁਨੀਆਂ ਦੇ ਨਹੀਂ ਆਖਿਆ ਇੱਥੇ, ਦੁਨੀਆਂ ਦੇ ਰੰਗ ਤੇ ਆਪਾਂ ਮੰਨਦੇ ਹੀ ਪਏ ਹਾਂ, ਉਹਦੇ ਵਾਸਤੇ ਨਹੀਂ ਹੋਕਾ ਦਿੱਤਾ। ਸਤਿਗੁਰੂ ਕਹਿੰਦੇ ਨਾਮ ਦਾ ਰੰਗ ਮੰਨ ਲੈ ਜਿੰਨਾ ਤੂੰ ਮੰਨ ਸਕਦਾ, ਰੰਗ ਮੰਨ ਲੈ ਪਿਆਰੀਆਂ, ਨਹੀਂ ਤੈਨੂੰ ਉੱਠਣ ਦੇਣਾ, ਮੁੜ ਕੇ ਤੇਰੇ ਬੁਢਾਪੇ ਨੇ ਨਹੀਂ ਤੈਨੂੰ ਕੁਛ ਕਰਨ ਦੇਣਾ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਣ ਨਾਉ ਲਵਣ ਨਵਾਂ ਹੁਲਾਰਾ। ਤਾਕਤ ਜਿੰਨਾ ਚਿਰ ਤੇਰੇ ਸਰੀਰ 'ਚ ਤਾਕਤ ਆ ਨਾ, ਉਹਨਾਂ ਚਿਰ ਵਾਹਿਗੁਰੂ ਪੁਰਾਣਾ ਹੋ ਜਾਣਾ, ਪਾਟਾ ਪੁਰਾਣਾ ਜਿਹਾ ਹੋ ਜਾਣਾ, ਫਿਰ ਇਹਦੇ ਵਿੱਚ ਉਹ ਸੱਤਿਆ ਨਹੀਂ ਰਹਿ ਜਾਣੀ ਅਤੇ ਤੇਰੇ ਕੋਲ ਮੂੰਹ 'ਚੋਂ ਵਾਹਿਗੁਰੂ ਆਪ ਸਕੇ। ਸੱਤਿਆ ਜਦੋਂ ਦੰਦ ਮੂੰਹ 'ਚੋਂ ਨਿਕਲ ਜਾਣ, ਬੁਢੇਪਾ ਆ ਜਾਏ, ਫਿਰ ਬੜਾ ਔਖਾ ਹੈ ਨਾਮ ਜਪਣਾ। ਇਸ ਤਰ੍ਹਾਂ ਦਾ ਇਹ ਸ਼ਬਦ ਹੈ, ਇੱਕ ਵਾਰੀ ਤੁਸੀਂ ਸਾਡੇ ਨਾਲ ਨਾਮ ਜਪੋ, ਫਿਰ ਆਪਾਂ ਅਗਲਾ ਸ਼ਬਦ ਪੜ੍ਹਨਾ। ਪਿਆਰ ਵਿੱਚ ਆਣ ਕੇ ਆਖ ਜੀ ਸਾਤ ਨਾਮ ਵਾਹਿਗੁਰੂ, 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 ਸਾਤ ਬਾਰੇ ਸਾਰਾ ਬੋਲਣ ਲੱਗਾ, ਇੱਕ ਘੰਟਾ ਕੀ ਸਾਰਾ ਦਿਨ ਲੰਘ ਸਕਦਾ, ਪਰ ਇੱਕ ਗੱਲ ਇਸ ਸ਼ਬਦ ਵਿੱਚੋਂ ਮੈਂ ਕਰਕੇ ਅੱਗੇ ਤੁਰ ਜਾਣਾ। ਇਸ ਸ਼ਬਦ ਵਿੱਚ ਨਾ ਇਹੋ ਜਿਹੀਆਂ ਉਦਾਹਰਨਾਂ ਗੁਰੂ ਜੀ ਨੇ ਸਾਨੂੰ ਦਿੱਤੀਆਂ ਜਿਹੜੀਆਂ ਰੋਜ਼ ਸਾਡਿਆਂ ਘਰਾਂ ਵਿੱਚ ਹੁੰਦੀਆਂ। ਪਤਾ ਕਿਹੜੀ ਉਦਾਹਰਨ ਹੈ? ਸਾਡੇ ਘਰ ਵਿੱਚ ਲੜਕੀ ਦਾ ਜਨਮ ਹੁੰਦਾ, ਵੱਡੀ ਹੁੰਦੀ ਹੈ, ਬਾਪ ਨਾਲ ਉਹਦਾ ਬੜਾ ਪਿਆਰ ਹੁੰਦਾ, ਅਤੇ ਜਦੋਂ ਬਾਪ ਕਿਤੇ ਪਿਆਰ ਚੜ ਵੀ ਕਹਿੰਦੇ ਨੇ, ਬਾਪ ਕਿਤੇ ਐਵੇਂ ਪਿਆਰ ਵਿੱਚ ਆਣ ਕੇ ਆਪਦੀ ਧੀ ਨੂੰ, ਤੇ ਮਹਾਰਾਜ ਕਹਿੰਦੇ ਬਾਪ ਦੀ ਇਹ ਗੱਲ ਸੁਣ ਕੇ ਧੀ ਨਾ ਗੱਲ ਨੂੰ ਲੱਗ ਜਾਂਦੀ, ਨਹੀਂ ਬਾਪੂ ਮੈਂ ਨਹੀਂ ਜਾਣਾ ਕਿਤੇ, ਕਿਉਂਕਿ ਛੋਟੀ ਹੁੰਦੀ ਨਾ ਸਮਝ ਨਹੀਂ ਹੁੰਦੀ।
ਗੁਰੂ ਜੀ ਨੇ ਵੇਖੋ ਸਾਡੇ ਗੁਰੂਆਂ ਨੇ ਇਹ ਵੀ ਧਾਰਨਾ ਸ਼ਬਦ ਵਿੱਚ ਪਾ ਕੇ ਕਿਹਾ ਕਿ ਉਹਨੂੰ ਸਮਝੀ ਬੋਲੀਏ ਆਪਣ ਕੰਨੀ ਸੋਏ ਬੋਲੀਏ ਮੈਡਮ ਬੱਚੀ ਕਦੇ ਤੁਹਾਡੇ ਗੱਲ ਨਹੀਂ ਸੀ ਸੁਣਦੇ ਪਾਤਸ਼ਾਹ ਜੀ ਉਹ ਗੱਲ ਚੁੱਕਦੇ ਜਾਣਾ ਉਹ ਹੀ ਬਾਗ ਗਿਆ ਹੁਣ ਤੈਨੂੰ ਤਰਲੇ ਕੱਢਦਾ ਆ ਜਾ ਤੂੰ ਦੋਰਾ ਤੇ ਮੈਂ ਤਾਂ ਤੂੰ ਕਹਿੰਦੀ ਨਾ ਬਾਪੂ ਮੈਂ ਨਹੀਂ ਆ ਸਕਦੀ ਮੱਝਾਂ ਮੇਰੇ ਹੱਥ ਦੇ ਪੈਣਾ ਦੇਖੋ ਸਾਧੂ ਜੀ ਨੇ ਉਦਾਹਰਨਾ ਕਹਿ ਸਕਦੀ ਕਿ ਸਮਝਾਇਆ ਕੀ ਹੈ ਉਦਾਹਰਨ ਦੇ ਕੇ ਉਹ ਕਦੇ ਬੰਦਾ ਜਾਣ ਲੈ ਗੋਰੇ ਮੀਤ
ਸਾਡੇ ਵਸ ਦਾ ਰੋਗ ਨਹੀਂ ਹੈ, ਪਤਾ ਹੀ ਨਹੀਂ ਚੱਲਦਾ ਕਦੋਂ ਕਦੋਂ ਅਸੀਂ ਬੈਠੇ ਹੁੰਦੇ ਹਾਂ ਕੀਰਤਨ ਸੁਣਨ ਵਾਸਤੇ। ਤੁਹਾਨੂੰ ਝੂਠੀ ਚੀਜ਼ ਦੀ ਜਾਣਕਾਰੀ ਹੁੰਦੀ ਹੈ ਨਾ, ਫਿਰ ਤੁਸੀਂ ਬਚਾਅ ਵਿੱਚ ਹੋ ਸਕਦੇ ਹੋ, ਸੱਚੀ ਸਮਝ ਕੇ ਉਹਦੇ ਨਾਲ ਨਹੀਂ ਜੁੜੋਗੇ, ਕੇਵਲ ਕੰਮ ਲਓਗੇ। ਆ ਕਈ ਵਾਰੀ ਆਪਾਂ ਮਾਰਕੀਟ ਵਿੱਚ ਜਾਂਦੇ ਹੋ, ਕਹਿੰਦਾ ਜੀ ਅਸਲੀ ਚੀਜ਼ ਹੈਗੀ ਇੰਨੇ ਦੀ, ਪਰ ਕੰਮ ਨਕਲੀ ਨਾਲ ਵੀ ਪਾ ਕੇ ਚੱਲ ਸਕਦਾ। ਬਾਦਮਾ ਉਹ ਕਹਿੰਦਾ ਜੀ ਕੰਮ ਚੱਲ ਸਕਦਾ ਪਾ ਦੇ। ਸਤਸੰਗ ਜੀ ਇਸ ਤਰ੍ਹਾਂ ਸਤਿਗੁਰ ਕਹਿੰਦੇ ਜਾਣ ਲਿਖੋ, ਜੇ ਤੁਹਾਨੂੰ ਜਾਣਕਾਰੀ ਹੋਇਆ ਕਿ ਫਿਰ ਤੁਹਾਨੂੰ ਨੁਕਸਾਨ ਨਹੀਂ ਹੋ ਸਕਦਾ, ਪਤਾ ਪਹਿਲਾਂ ਹੋਣਾ ਚਾਹੀਦਾ ਕਿ ਮੈਂ ਇਹ ਚੀਜ਼ ਨਕਲੀ ਹੈ। ਪਾਤਸ਼ਾਹ ਇਹ ਤੋਂ ਗਾਂ ਜਾ ਕੇ ਸਮਝਾਉਂਦੇ ਨੇ, ਇਸ ਦੁਨੀਆਂ ਦੇ ਵੱਡੇ ਵੱਡੇ ਪੀਰ ਪੈਗੰਬਰ ਔਲੀਆ ਆਏ, ਉਹ ਵੀ ਇਸ ਦੁਨੀਆਂ 'ਤੇ ਸਦਾ ਨਹੀਂ ਰਹੇ ਕਿਉਂਕਿ ਨਕਲੀ ਸੀ ਦੁਨੀਆਂ, ਤਾਂ ਕਰਕੇ ਨਹੀਂ ਰਹੇ। ਉਹਨਾਂ ਵਿੱਚ ਗਿਣਤੀ ਕੀਤੀ, ਕਹਿਣ ਲੱਗੇ ਰਾਮ ਗਇਓ ਰਾਵਣ ਗਇਓ। ਜੇ ਅਸਲੀ ਦੁਨੀਆ ਆਉਂਦੀ ਫਿਰ ਉਹ ਕਦੀ ਛੱਡ ਕੇ ਨਾ ਜਾਂਦੀ ਇਸ ਦੁਨੀਆਂ ਨੂੰ, ਬੰਦਿਆ ਤੂੰ ਤੇ ਕੁਝ ਵੀ ਨਹੀਂ, ਉਹ ਬੜੇ ਸ਼ਕਤੀਸ਼ਾਲੀ ਸੀਗੇ। ਰਾਮ ਗਇਓ ਰਾਵਣ ਗਇਓ ਤੇ ਨਾਲ ਜਾਂ ਕੋ ਬਹੁ ਪਰਿਵਾਰ, ਤੇਰਾ ਪਰਿਵਾਰ ਬੜਾ ਛੋਟਾ ਜਿਹਾ ਪਰਿਵਾਰ ਹੈ, ਤੇਰਾ ਉਹ ਵੀ ਹੈਗਾ ਭਾਵੇਂ ਛੋਟਾ ਹੀ ਪਰਿਵਾਰ ਆ, ਪਰ ਉਹਨਾਂ ਦਾ ਪਰਿਵਾਰ ਬੜਾ ਵੱਡਾ ਸੀ, ਮੋਹ ਤੇ ਉਹਨਾਂ ਦਾ ਵੀ ਬੜਾ ਸੀ ਪਰਿਵਾਰ ਨਾਲ, ਪਰ ਰਹਿ ਨਹੀਂ ਸੀ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਫਿਰ ਕੀ ਹੋਇਆ ਉਹਨਾਂ ਨਾਲ, ਕਿੰਦ ਕਹਿ ਨਾਨਕ ਦਿਲ ਕਸ਼ ਨਹੀਂ ਸੁਪਨੇ ਜਿਉ ਸੰਸਾਰ। ਉਹਨਾਂ ਨੂੰ ਵੀ ਇਸ ਤਰ੍ਹਾਂ ਆ ਕੇ ਜਾਣਾ ਪਿਆ ਜਿਵੇਂ ਸੁਪਨਾ ਆ ਕੇ ਚਲੇ ਗਿਆ ਹੋਵੇ, ਉਹ ਵੀ ਸੁਪਨੇ ਵਰਗੇ ਹੋ ਗਏ ਨੇ, ਰਾਜਾ ਰਾਮ ਤੇ ਰਾਜਾ ਰਾਵਣ ਇੰਨੇ ਸ਼ਕਤੀਸ਼ਾਲੀ ਸੀ, ਉਹਨਾਂ ਨੂੰ ਵੀ ਦੁਨੀਆਂ ਛੱਡ ਕੇ ਜਾਣਾ ਪਿਆ, ਅੱਜ ਸੁਪਨਾ ਹੋ ਗਏ ਨੇ, ਤੈਨੂੰ ਵੀ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਪੈਣਾ, ਇਸ ਗੱਲ ਦੀ ਜਾਣਕਾਰੀ ਰੱਖੀ। ਅੱਗੋਂ ਜਿਉਂ ਸੁਪਨਾ ਹਰ ਵੇਖਣਾ, ਸੁਪਨੇ ਵੇਖ ਕੇ ਕਦੇ ਦੁਖੀ ਹੋ ਜਾਂਦਾ ਤੇ ਕਦੇ ਖੁਸ਼ ਹੋ ਜਾਂਦਾ। ਜੇ ਤੇ ਦੁੱਖ ਭਰਿਆ ਸੁਪਨਾ ਆ ਜਾਏ, ਤੇਰਾ ਮੂੰਹ ਉਤਰਿਆ ਹੁੰਦਾ ਸਵੇਰੇ ਕਿ ਹਾਏ ਮੈਨੂੰ ਚੰਗਾ ਸੁਪਨਾ ਨਹੀਂ ਆਇਆ, ਰੱਬਾ ਸੁੱਖ ਹੋਵੇ ਸੀ। ਤੇ ਜੇ ਕਿਤੇ ਚੰਗਾ ਸੁਪਨਾ ਆਇਆ ਹੋਵੇ ਤੇ ਚਾਹ ਮਗਰੋਂ ਪਹਿਲਾਂ ਸਾਰਿਆਂ ਨੂੰ ਇਕੱਠੇ ਕਰ ਕਰਕੇ ਦੱਸਦਾ ਵੀ ਆਓ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਮੈਨੂੰ ਸੁਪਨਾ ਬੜਾ ਵਧੀਆ ਆਇਆ। ਜਿੱਦਾਂ ਦੁੱਖ ਦਾ ਸੁਪਨਾ ਵੀ ਆ ਸਕਦਾ, ਸੁੱਖ ਦਾ ਵੀ ਆ ਸਕਦਾ, ਇਸ ਤਰ੍ਹਾਂ ਦੁਨੀਆਂ ਦੁੱਖਾਂ ਵਾਲੀ ਵੀ ਹੈ ਸੁੱਖਾਂ ਵਾਲੀ ਵੀ, ਇਹਦੇ ਵਿੱਚ ਹਕੀਕਤ ਕੋਈ ਨਹੀਂ। ਜਿਉਂ ਸੁਪਨਾ ਯਾਰ ਵੇਖਣਾ, ਫਿਰ ਕੀ ਕਰੀ, ਐਸੇ ਜਗ ਕੋ ਜਾਣ, ਜਗ
ਜਗ ਨੂੰ ਇਸ ਤਰ੍ਹਾਂ ਜਾਣੀ ਜਿਵੇਂ ਦੁੱਖ ਦੇ ਸੁਪਨੇ ਆਉਂਦੇ ਨੇ ਸੁੱਖ ਦੇ ਆਉਂਦੇ ਆ, ਹਕੀਕਤ ਕੁਝ ਵੀ ਨਹੀਂ। ਕਦੇ ਅਸੀਂ ਦੁਖੀ ਹੁੰਦੇ ਹਾਂ, ਕਦੇ ਅਸੀਂ ਸੁਖੀ ਹੁੰਦੇ ਹਾਂ। ਨਾ ਦੁੱਖ ਸਦਾ ਬਣਿਆ ਰਹਿੰਦਾ, ਨਾ ਸੁੱਖ ਹੀ ਸਦਾ ਬਣਿਆ ਰਹਿੰਦਾ ਵਾ। ਜਿਹੜਾ ਅੱਜ ਦੁਖੀ ਬੰਦਾ ਕੱਲ੍ਹ ਨੂੰ ਸੁਖੀ ਹੋ ਸਕਦਾ, ਜਿਹੜਾ ਅੱਜ ਸੁਖੀ ਬੰਦਾ ਉਹ ਕੱਲ੍ਹ ਨੂੰ ਦੁਖੀ ਹੋ ਸਕਦਾ। ਇਸ ਗੱਲ ਦੀ ਜਾਣਕਾਰੀ ਰੱਖੀ ਤੇ ਜਿਉਂਦੇ ਜੀ ਜੀਣਾ ਹੀ। ਜਿਉਂ ਸੁਪਨਾ ਹਰ ਵੇਖਣਾ, ਐਸੇ ਜਗ ਕੋ ਜਾਣ। ਮਹਾਰਾਜ ਬਿਲਕੁਲ ਵੀ ਸੱਚ ਨਹੀਂ ਇਸ ਦੁਨੀਆਂ ਤੇ। ਮਾਲਕ ਕਹਿੰਦੇ ਰਤਾ ਤੋਂ ਰੁਕ ਜਾ, ਇਸ ਦੁਨੀਆਂ ਤੇ ਇੱਕ ਚੀਜ਼ ਸੱਚ ਹੈਗੀ। ਆਖਿਆ ਉਹ ਕਿਹੜੀ? ਜਿਉਂ ਸੁਪਨਾ ਯਾਰ ਵੇਖਣਾ, ਐਸੇ ਜਗ ਕੋ ਜਾਣ। ਇਨ ਮੈਂ ਕੱਛ ਸੱਚੋ ਨਹੀਂ, ਦੁਨੀਆਂ ਤੇ ਨਹੀਂ ਸੱਚੀ, ਪਰ ਨਾਨਕ ਬਿਨ ਭਗਵਾਨ। ਦੁਨੀਆਂ ਤੇ ਸੱਚੀ ਨਹੀਂ, ਪਰ ਭਗਵਾਨ ਜ਼ਰੂਰ ਸੱਚਾ ਹੈ। ਜਿਹੜਾ ਕੋਈ ਦੁਨੀਆਂ ਦੇ ਉੱਤੇ ਆਣ ਕੇ ਉਸ ਝੂਠੀ ਦੁਨੀਆਂ ਨੂੰ ਛੱਡ ਕੇ ਤੇ ਸੱਚੇ ਪਰਮਾਤਮਾ ਨਾਲ ਜੁੜ ਜਾਏਗਾ, ਪਰਮਾਤਮਾ ਨਾਲ ਜੁੜਿਆ ਕਦੀ ਤੈਨੂੰ ਦੁੱਖ ਨਹੀਂ ਹੋਏਗਾ। ਆਖੋ ਸਤਨਾਮ ਸ੍ਰੀ ਗੁਰੂ। ਔਰ ਸੱਚ ਜੇ ਝੂਠੀ ਦੁਨੀਆਂ ਵਾਸਤੇ ਅੰਮ੍ਰਿਤ ਵੇਲੇ ਉੱਠਿਆ ਜਾ ਸਕਦਾ, ਲੋਕ ਉੱਠਦੇ ਨੇ, ਪਰ ਸੱਚੇ ਰੱਬ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਬੜਾ ਔਖਾ ਕੰਮ। ਕਿਸੇ ਨੇ ਟ੍ਰੇਨ ਫੜਨੀ ਹੋਵੇ, ਟ੍ਰੇਨ ਭਾਵੇਂ 5 ਵਜੇ ਚੱਲਣੀ ਹੋਵੇ, 2:30 ਵਜੇ ਉੱਠ ਕੇ ਦਾੜੀ ਬੰਨਣ ਲੱਗ ਪਏਗਾ, 2:30 ਵਜੇ ਉੱਠ ਕੇ ਆਪਣਾ ਪੱਗ ਬੰਨ ਕੇ ਤਿਆਰ ਹੋ ਕੇ ਟੈਨ ਸ਼ੈਨ ਹੋ ਜਾਏਗਾ, ਸਾਰਿਆਂ ਨੂੰ ਕਹੇਗਾ ਛੇਤੀ ਕਰੋ, ਟ੍ਰੇਨ ਨਾ ਕਿਤੇ ਨਿਕਲ ਜਾਏ, ਆਪਾਂ ਜਾਣਾ। ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਵੇ, ਕਹਿੰਦੇ ਸੁੱਤੇ ਆ ਚੱਲ ਦੂਜੇ, ਸੁੱਤੇ ਰਹਿਣ ਦਿਓ ਕੀ ਖਾਣੇ। ਉਹ ਝੂਠੀ ਦੁਨੀਆਂ ਵਾਸਤੇ ਉੱਠ ਸਕਦੇ ਆ ਸਾਰੇ, ਸੱਚੇ ਰੱਬ ਵਾਸਤੇ ਬੜਾ ਔਖਾ ਉੱਠ। ਤਾਂ ਇਹ ਜਿਹੜੇ ਸ਼ਬਦ ਆਪਾਂ ਵਾਰ ਵਾਰ ਪੜ੍ਹਦੇ ਹਾਂ ਕਿਸੇ ਦੇ ਜਾਣ ਮਗਰੋਂ, ਸਿਰਫ ਸਾਨੂੰ ਚੇਤਾ ਕਰਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਬਈ ਮਾਤਾ ਗਿਆਨ ਕੌਰ ਤਾਂ ਚਲੇ ਗਈ, ਉਹ ਬੜੀਆਂ ਮਾਤਾਵਾਂ ਹੋਰ ਨੇ, ਬੜੇ ਬਾਪੂ ਹੋਰ ਨੇ, ਰਹਿਣਾ ਕਿਸੇ ਨੇ ਨਹੀਂ। ਭਾਈ ਜਿੰਨੇ ਜਿਉਂਦੇ ਆ, ਜਿਉਂਦੇ ਗਏ ਉਹਨਾਂ ਚਿਰ ਰੱਬ ਨਾਲ ਜੁੜਿਆ ਜਾਵੇ। ਜਿਹਨੂੰ ਪਾਠ ਆਉਂਦਾ ਉਹ ਪਾਠ ਕਰੇ, ਜਿਹਨੂੰ ਬਾਣੀ ਆਉਂਦੀ ਉਹ ਬਾਣੀ ਪੜ੍ਹੇ, ਤੇ ਜਿਹਨੂੰ ਨਹੀਂ ਆਉਂਦਾ ਕੁਝ, ਉਹ ਵਾਹਿਗੁਰੂ ਦਾ ਨਾਮ ਤਾਂ ਜਾ ਸਕਦਾ ਹੈ। ਵਾਹਿਗੁਰੂ ਦਾ ਨਾਮ ਜਪੇ ਇੱਕ ਵਾਰੀ, ਫਿਰ ਪਿਆਰ ਵਿੱਚ ਦੋ ਵਾਰੀ ਜਪੋ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਔਖਾ ਜਪਣਾ, ਪ੍ਰਬੰਧਕਾਂ ਨੇ ਹੁਕਮ ਕੀਤਾ ਸੀ ਉਹ ਤੇ ਗਿਆਵਾ ਹੋ, ਜੇ ਤੁਹਾਡਾ ਹੁਕਮ ਹੋਊਗਾ ਤਾਂ ਹੋਰ ਕੀਰਤਨ ਅੱਗੇ ਕਰਾਂਗੇ। ਕਹੋਗੇ ਤੇ ਆਪਾਂ ਇੱਥੇ ਸਮਾਪਤੀ ਕਰ ਸਕਦੇ ਹਾਂ, ਕਿਉਂਕਿ ਸਮੇਂ ਦੇ ਨਾਲ ਰਹਿਣਾ ਸਾਰਿਆਂ ਨੂੰ ਠੀਕ ਲੱਗਦਾ। ਸੋ ਕੀ ਆਪ ਜੀ ਦਾ ਹੁਕਮ ਅੱਗੇ ਵਧਿਆ ਜਾਵੇ ਜੀ, ਕਿ ਜਾਂ ਸਮਾਪਤੀ ਕਰ ਦਈਏ? ਇੱਕ ਰਹਿਣਾ ਸਾਹਿਬ ਜੀ ਦੀ ਬਾਣੀ ਨਾਲ ਹੁੰਦੀ ਹੈ ਤੇ ਇੱਕ ਸੋਹਲਾ ਸਾਹਿਬ ਦੀ। ਸੋਹਲਾ ਸਾਹਿਬ ਜੀ ਦੀ ਬਾਣੀ ਦਾ ਲਾਸਟ ਵਾਲਾ ਸ਼ਬਦ ਹੈ ਜਿਹੜਾ ਅੱਜ ਇੱਥੇ ਪੜ੍ਹਨਾ ਅਤਿ ਜ਼ਰੂਰੀ ਹੈ, ਕਿਉਂਕਿ ਸਾਨੂੰ ਸਮਝ ਲੱਗੇ ਅਸੀਂ ਕਿਉਂ ਇੱਥੇ ਇਕੱਠੇ ਹੋ ਕੇ ਬੈਠੇ ਹਾਂ। ਸਤਸੰਗ ਜੀ, ਮਾਤਾ ਗਿਆਨ ਕੌਰ ਜੀ ਜਿਹੜੇ ਸੰਸਾਰ ਤੋਂ ਚਲੇ ਗਏ ਨੇ, ਉਹ ਅੱਜ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਨਹੀਂ ਕਰ ਸਕਦੇ, ਕਿਉਂਕਿ ਉਹ ਚਲੇ ਗਏ। ਜਿਸ ਦਿਨ ਵੀ ਤੂੰ ਰਾਤ ਨੂੰ ਸੌਣ ਲੱਗੇ ਨਾ, ਦਿਨ ਬਤੀਤ ਹੋਣ ਤੋਂ ਬਾਅਦ ਜ਼ਰੂਰ ਇਹ ਬਾਣੀ ਦਾ ਪਾਠ ਕਰਿਆ ਕਰ। ਕਿਉਂ ਜੀ?
ਕਿਉਂ ਕਰਨਾ ਪਾਠ? ਉਹ ਕਹਿੰਦੇ ਜਿਹੜੇ ਮਰਨ ਤੋਂ ਬਾਅਦ ਨੂੰ ਅਰਦਾਸਾਂ ਕਰਦਾ ਨਾ, ਉਹ ਜਿਉਂਦੇ ਦੀ ਅਰਦਾਸ ਕਰ ਲਿਆ ਕਰ, ਤੋਰੇ ਪਤਾ ਨਹੀਂ ਰਾਤ ਸੁੱਤਿਆਂ ਪਿਆ ਨਾ ਚਲਾਉਣਾ ਕਰਨਾ ਪੈ ਜੇ। ਰੱਬ ਨਾ ਕਰੇ ਕਿਸੇ ਦਾ ਸੁੱਤਿਆਂ ਪਿਆ ਚਲਾਉਣਾ ਹੋ ਜੇ, ਉਹ ਵੀ ਬਹੁਤ ਵੱਡੀ ਅਰਦਾਸ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਤੁਹਾਨੂੰ ਸਾਰਿਆਂ ਨੂੰ ਆਪਣੇ ਬਰੋਬਰ ਦਾ ਦਰਜਾ ਦੇ ਕੇ ਮਿੱਤਰ ਬਣਾ ਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਆਓ ਲੋਕੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ, ਮੇਰੀ ਬੇਨਤੀ ਸੁਣਿਓ। ਕਰੋ ਬੇਨਤੀ ਸੁਣੋ ਮੇਰੇ ਮੀਤਾ। ਮਹਾਰਾਜ ਦੱਸੋ ਕੀ ਹੁਕਮ ਤੁਹਾਡਾ? ਕਹਿੰਦੇ ਸੰਤ ਟਹਿਣ ਕੀ ਵੇਲਾ। ਉਹ ਦੁਨੀਆਂ 'ਤੇ ਆਇਓ, ਕੋਈ ਸੇਵਾ ਸਿਮਰਨ ਕਰ ਰਹੇ ਹੋ, ਇਹ ਵਾਲਾ ਹੱਥ ਨਹੀਂ ਜੇ ਹੋਣਾ, ਵੇਲਾ ਨਹੀਂ ਹੱਥ ਹੋਣਾ। ਈਹਾਂ ਖਾਣ ਤਲੋ ਮਰ ਲਾਗਾ। ਜੇ ਤੁਸੀਂ ਸੇਵਾ ਸਿਮਰਨ ਦਾ ਲਾਹਾ ਖੱਟ ਜਾਓਗੇ ਨਾ, ਤੇ ਆਗੈ ਵਸਣ ਸੁਹੇਲਾ। ਮੌਤ ਤੋਂ ਬਾਅਦ ਜਿੱਥੇ ਜਾਣਾ ਵਾ ਮਹਾਰਾਜ ਕਹਿੰਦੇ ਸੌਖੇ ਵਸੋਗੇ। ਈਹਾਂ ਖਾਟ ਈਹਾਂ ਮੈਣਾ, ਇੱਥੇ ਦੁਨੀਆਂ 'ਤੇ ਜਿਉਂਦੇ ਹੋਏ ਚਲੋ ਮਰ ਲਾਗਾ ਆਗੈ ਵਸਣ ਸੁਹੇਲਾ। ਆਖਿਆ ਪਾਤਸ਼ਾਹ ਜੀ, ਜੇ ਥੋੜ੍ਹਾ ਚਿਰ ਕੰਮ ਕਾਰ ਦੁਨੀਆਂ ਦੇ ਕਰ ਲਈਏ, ਛੁੱਟੀ ਮਿਲ ਜੂਗੀ? ਮੁੰਡੇ ਵਾਲੇ ਜਪ ਲਾਂਗੇ ਛੁੱਟੀ ਦੇ ਦਿਓ, ਘੱਟਦੀ ਆ, ਤੈਨੂੰ ਥੋੜ੍ਹੀ ਪਤਾ ਕਿੰਨੀ ਕੁ ਤੇਰੀ ਉਮਰ। ਔਦ ਘੱਟ ਹੈ ਔਦ ਮੈਣਾ, ਉਮਰ ਘੱਟੇ ਮੈਨਾ ਘੱਟਦੀ। ਔਦ ਘੱਟ ਹੈ ਦਿਨਸ, ਦਿਨਸ ਮੈਣਾ ਦਿਨਾਂ ਕਰਕੇ ਰਹਿਣਾ ਰੇ ਰਹਿਣਾ। ਬਹੁਤ ਸਾਰੀਆਂ ਰਾਤਾਂ ਜਿਹੜੀਆਂ ਆਪਾਂ ਸੌਂ ਕੇ ਨਿਗਾ ਦਿੰਦੇ, ਇਹ ਸਾਡੀ ਉਮਰ ਵਿੱਚੋਂ ਘਾਟਾ ਹੀ ਪੈਂਦਾ, ਵਾਧਾ ਨਹੀਂ ਪੈਂਦਾ। ਔਦ ਘਟੈ ਦਿਵਸ ਰਹਿਣਾ ਰੇ। ਫਿਰ ਮਨ ਕੀ ਕਰਾਂ? ਪਾਤਸ਼ਾਹ ਕਹਿੰਦੇ ਮਨ ਗੁਰ ਮਿਲ ਕਾਜ ਸੁਮਾਰੇ। ਮਨ ਜਿਸ ਕੰਮ ਲਈ ਗੁਰ ਤੈਨੂੰ ਜਨਮ ਮਿਲਿਆ, ਉਹ ਆਪਣਾ ਕਾਜ ਰਾਸ ਕਰ ਲਾ। ਤੇ ਜਨਮ ਪਤਾ ਕਾਹਦੇ ਲਈ ਮਿਲਿਆ? ਭਈ ਪ੍ਰਾਪਤ ਮਾਨੁਖ ਦੇ ਗੁਰੀਆ, ਸਾਨੂੰ ਗੋਬਿੰਦ ਮਿਲਣ ਦੀ ਇਹ ਤੇਰੀ ਕਰੀਆ। ਇਹ ਸਰੀਰ ਵਾਹਿਆ ਉਹਦੇ ਲਈ ਤੇ ਆਪਾਂ ਅਰਦਾਸ ਕਰ ਸਕਦੇ, ਹੋਰ ਕੁਝ ਕਰ ਨਹੀਂ ਸਕਦੇ। ਭਾਈ ਜਿਹੜੇ ਜਿਉਂਦੇ ਆ, ਉਹ ਜਿਉਂਦੇ ਜੀ ਰੱਬ ਦਾ ਨਾਮ ਜਪ ਸਕੀਏ। ਐਸਾ ਹੀ ਸ਼ਬਦ ਆ, ਅਰਦਾਸ ਪੜ੍ਹ ਕੇ ਫਿਰ ਸਮਾਪਤੀ ਕਰਦਾ। ਆਪ ਜੀ ਇਸ ਸਭ ਨੂੰ ਜਿਹੜਾ ਹੈ ਸਰਵਣ ਕਰ। ਮਨ ਗੁਰ ਮਿਲ ਗਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ। ਕਹਿੰਦੇ ਦੁਨੀਆਂ 'ਤੇ ਆਪਾਂ ਜਿਹੜਾ ਘਰ ਆਪ ਬਣਾਉਂਦੇ ਹਾਂ ਨਾ, ਜਿਸ ਵਕਤ ਆਪਾਂ ਮਰ ਜਾਂਦੇ ਹਾਂ, ਉਸੇ ਘਰ ਵਿੱਚੋਂ ਆਪਣੇ ਹੀ ਘਰ ਦੇ ਜੀ ਸਾਨੂੰ ਚੁੱਕ ਕੇ ਬਾਹਰ ਕੱਢ ਦਿੰਦੇ ਨੇ, ਲੈ ਲਓ ਹੁਣ ਸਮਾਂ ਹੋ ਗਿਆ ਇਹਦਾ ਸੰਸਕਾਰ ਕਰਦਾ। ਪਾਤਸ਼ਾਹ ਇਸ ਸ਼ਬਦ ਵਿੱਚ ਕਹਿੰਦੇ ਮਨਾ ਕਹੋ, ਭਾਈ ਮੈਂ ਆਉਣਾ ਅਮਰੀਕਾ, ਮੇਰਾ ਉੱਥੇ ਥਾਂ ਲੈ ਛੱਡੀ, ਭਾਈ ਮੇਰਾ ਵੀਜ਼ਾ ਲੱਗ ਗਿਆ, ਮੈਂ ਆਉਣਾ ਹੀ ਆਉਣਾ ਹੈ, ਅਤੇ ਮੇਰਾ ਥਾਂ ਲੈ ਛੱਡੀ, ਅਤੇ ਧਨ ਤੁਸੀਂ ਇੱਥੋਂ ਭੇਜ ਦਿਓ, ਉੱਥੇ ਤੁਹਾਡੇ ਜਾਣਿਆਂ ਨੂੰ ਤੁਹਾਡਾ ਘਰ ਬਣਿਆ ਹੋਵੇ, ਤੁਸੀਂ ਉਹ 'ਚ ਰਹਿ ਸਕੋ। ਇਸ ਤਰ੍ਹਾਂ ਪਾਤਸ਼ਾਹ ਇਸ ਸ਼ਬਦ ਵਿੱਚ ਕਹਿੰਦੇ ਜਾਂ ਕਉ ਆਏ, ਜਿਸ ਕੰਮ ਵਾਸਤੇ ਆਏ ਸੋਈ ਮਿਹਾਜੋ। ਹਰ ਗੁਰ ਤੇ ਹਰੀ ਪਰਮਾਤਮਾ ਦਾ ਗੁਰ ਤੇ ਮਨੇ ਵਸਿਆ, ਮਨ ਰੂਪੀ ਘਰ ਉੱਤੇ ਵਾਸ ਕਰਾ ਦਿਓ। ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂ। Thank you.
ਧਰਮ ਨਿਹਾਰਿਆ ਸਿੱਖੀ ਸਿਦਕੇ ਸਾਂ ਸਵਾਸਾ ਸੰਗ ਨਿਭਾਏ ਤਿਨ੍ਹਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੇ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ। ਵਾਹਿ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ ਜਿੱਦਾਂ ਉਨਕਾ ਸਦਕਾ ਸਰਬ ਸੁਖ ਹੋਵੇ ਗਿਆਨਾ ਖਾਲਸਾ ਸਾਹਿਬ ਤਾਂ ਤਰ ਚਰਿਆਏ ਦੇਗ ਦੇਗ ਫਤਹਿ ਬਿਰਧ ਕੀ ਕੈਦ ਪੰਥ ਕੀ ਜੀਤ ਸ੍ਰੀ ਸਹਿਬ ਸਹਾਈ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ। ਸਿੱਖਾਂ ਦਾ ਮਾਨਣੀਆਂ ਮਤ ਉੱਚੇ ਮਤ ਪਦ ਰੱਖ ਅੱਕ ਕਾਲ ਮੁਖ ਹੈ ਅਕਾਲ ਮੁਖ ਆਪਣੇ ਪੰਥ ਦੇ ਸਰੋਂ ਸਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਇਹ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣੇ ਆਉਂਦੇ ਮਾਣ ਗੁਰੂ ਨੇ ਤਾਣੇ ਆਉਂਦੇ ਤਾਣ ਗੁਰੂ ਨਿਓਟਿਆਂ ਦਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾਂ ਕੇ ਅਰਦਾਸ ਬੇਨਤੀ ਜੋਦਰੀ ਸਤਿਗੁਰੂ ਆਪ ਜੀ ਦਾ ਫਰਮਾਨ ਹੈ ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦ ਉੱਠੀ ਜਾਏ ਰਾਣਾ ਰਾਉ ਨ ਕੋ ਰਹਿ ਰੰਗ ਨ ਤੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਪੰਧ ਤੀਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਮਹਾਂਬਖਸ਼ਾ। ਮਾਣ ਸਤਿਕਾਰਯੋਗ ਮਾਤਾ ਗਿਆਨ ਕੌਰ ਜੀ ਇਸ ਮਾਤਲੋ ਉੱਤੇ ਆਏ ਜੀ ਮਾਤ ਲੋਕ ਦਾ ਰਹਿਣ ਬਸੇਰਾ ਕਰਦੇ ਸਤਿਗੁਰੂ ਆਪ ਜੀ ਦੇ ਹੁਕਮ ਅਨੁਸਾਰ ਕੁਝ ਦਿਨਾਂ ਤੋਂ ਲੈ ਕੇ ਕਰ ਚਲਾਉਣਾ ਕਰਦੇ ਸਤਿਗੁਰੂ ਦੱਸੀ ਹੋਈ ਮਰਜ਼ਾਦਾ ਅਨੁਸਾਰ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਸੱਚਖੰਡ ਦੇ ਨਿਵਾਸ ਵਾਸਤੇ ਪਾਤਸ਼ਾਹ ਜੀ ਆਤਮਾ ਛੁੱਕ ਛੰਤੀ ਵਾਸਤੇ ਪਾਤਸ਼ਾਹ ਜੀਓ ਜੋ ਉਹਨਾਂ ਦਾ ਪਿਛਲਾ ਪਰਿਵਾਰ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਤਥਾ ਸਾਰੇ ਪਰਿਵਾਰ ਨੇ ਸਤਿਗੁਰੂ ਆਪ ਜੀ ਦਾ ਓਟਾ ਸਿਰਾ ਲੈ ਕੇ ਪਰਸੋਂ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰੋ ਸਤਿਗੁਰੂ ਆਪ ਜੀ ਦੀ ਆਕਾ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਭੋਗ ਪਾਗ ਉਸ ਤੋਂ ਉਪਰੰਤ ਸਤਿਗੁਰੂ ਖੁੱਲੇ ਪੰਡਾਲ ਦੇ ਸਭਾ ਸੰਗਤਾਂ ਨੂੰ ਦਰਸ਼ਨ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਗੁਰਮਤਿ ਵਿਚਾਰਾਂ ਹੋਈਆਂ ਗੁਰਬਾਣੀ ਵਿਚਾਰਾਂ ਹੋਈਆਂ ਨੇ ਸਤਿਗੁਰੂ ਪਰਸੋਂ ਤੋਂ ਲੈ ਕੇ ਆਪ ਜੀ ਗ੍ਰੰਥੀ ਸਿੰਘਾਂ ਹਰਜੀ ਰਾਗ ਰਾਗੀ ਸਿੰਘਾਂ ਸਤਿਗੁਰੂ ਗੁਰਬਾਣੀ ਗਹਿਣ ਕੀਤੀ ਸ਼ਬਦ ਗਹਿਣ ਕੀਤੇ ਨੇ ਪਾਤਸ਼ਾਹ ਜੀ ਉਹ ਕਈ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਜਾਣ ਬੱਚੇ ਭਾਵ ਉਸ ਪਿੱਛੇ ਰੂਹ ਨੂੰ ਬਖਸ਼ੇ ਕਰਨਾ ਵਿਛੜੇ ਰੂਹ ਨੂੰ ਸੱਚਖੰਡ ਦਾ ਨਿਵਾਸ ਬਖਸ਼ੇ ਕਰਨਾ ਸਤਿਗੁਰੂ ਪਿਛਲੇ ਪਰਿਵਾਰ ਨੂੰ ਭਾਣਵੇਂ ਤਾਕਤਾਂ ਵਿੱਚ ਘਰ ਵਿੱਚ ਸੁੱਖ ਸ਼ਾਂਤੀ ਸਤਿਗੁਰੂ ਜੀ ਉਹ ਪਰਿਵਾਰ ਤੰਦਰੁਸਤੀਆਂ ਬਖਸ਼ੇ ਕਰਨੀਆਂ ਗੁਰਸਿੱਖਾਂ ਵਾਲਾ ਜੀਵਨ ਬਖਸ਼ੇ ਕਰਨਾ ਸਤਿਗੁਰੂ ਟਮੇ ਸਿੰਘ ਦੀ ਹਾਜ਼ਰ ਲੇਖੇ ਲਾਉਣੀ ਤਿਲ ਫੁੱਲ ਦਰ ਭੇਟਾ ਪ੍ਰਵਾਨ ਕਰਨੇ ਸਰਬੱਤ ਦੇ ਕਾਜ ਰਾਸ ਸਤਿਗੁਰ ਸਰਬੱਤ ਸੰਗਤਾਂ ਨੂੰ ਹੁਕਮਨਾਮਾ ਬਖਸ਼ਿਸ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਵੀ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਭਗਤ ਹੈ ਬੋਲੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅਵਗਣ ਪਰੇ ਕ ਗੁਣ ਨਾਹੀ ਅੰਮ੍ਰਿਤ ਚਾਲ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਚੋਂ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਦਰਾਸ ਮਿਟਾਏ ਇੱਕ ਅਰਦਾਸ ਭਾਗ ਕੀ ਰਦਗੀ ਗੁਰੂ ਰਾਮਦਾਸ ਰਾਖੋ ਸਰਣਾਏ ਸੋ ਕਾ ਡਲ ਗੁਰ ਸਹਿਬਿਐ ਐਨ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਗੈ ਗੁਣ ਨਿਧਾਨ ਗੁਣ ਤਨਹੀ ਗਾਏ ਜਾ ਕੋ ਕਿਰਪਾ ਧਾਰੇ ਉਸ ਜਨਮਾ ਨਾਨਕ ਤਿਸ ਬਲ ਹਰੇ ਗੁਣ ਨਿਧਾਨ ਗੁਣ ਤਨਹੀ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਗਿਆ ਧਨ ਉਸ ਜਨਮਾ ਨਾਨਕ ਤਿਸ ਬਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੱਚ ਬੈਠੀ ਗੁਰੂ ਰੂਪੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉਠੀ ਆਏ ਦੇ ਮਹਾਂਵਾਕ ਅਨੁਸਾਰ ਪੂਜਨੀ ਮਾਤਾ ਗਿਆਨ ਕੌਰ ਜੀ ਥੋੜ੍ਹੇ ਦਿਨ ਪਹਿਲਾਂ ਚਲਾਣਾ ਕਰ ਗਏ ਜਿਨ੍ਹਾਂ ਦੀ ਯਾਦ ਵਿੱਚ ਪਰਸੋਂ ਦੇ ਰੱਖੇ ਗਏ ਅਖੰਡ ਪਾਠ ਸਾਹਿਬ ਤੋਂ ਉਪਰੰਤ ਅੱਜ ਖੁੱਲ੍ਹੇ ਬੁਲਾਲ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਬੜੇ ਸੱਚੇ ਢੰਗ ਦੇ ਨਾਲ ਬੜੇ ਅੰਮ੍ਰਿਤਮਈ ਬੋਲਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਸਾਡੇ ਪੂਜਨੀਕ ਸਵਰਗਵਾਸੀ ਸਰਦਾਰ ਹਰਨਾਮ ਸਿੰਘ ਜੀ ਜਿਨ੍ਹਾਂ ਦੀ ਧਰਮ ਪਤਨੀ ਮਾਤਾ ਗਿਆਨ ਕੌਰ ਜੀ ਅਤੇ ਉਹਨਾਂ ਦਾ ਬਾਗ ਪਰਿਵਾਰ ਸਰਦਾਰ ਗੁਰਦੀਪ ਸਿੰਘ ਜੀ ਨੰਬਰਦਾਰ ਸੰਮਤੀ ਮੈਂਬਰ ਸਰਪੰਚ ਸਾਹਿਬ ਉਹਨਾਂ ਦੀ ਧਰਮ ਪਤਨੀ ਹਰਭਜਨ ਕੌਰ
ਇਹਨਾਂ ਦੇ ਛੋਟੇ ਭਰਾ ਦਾ ਇੰਗਲੈਂਡ ਨਿਵਾਸੀ ਸੁਖਵੀਰ ਸਿੰਘ, ਉਹਨਾਂ ਦੀ ਪਤਨੀ ਰਵਿੰਦਰ ਕੌਰ, ਸਾਡੀਆਂ ਤਿੰਨੋਂ ਭੈਣਾਂ ਸਰਜੀਤ ਕੌਰ, ਸੁਖਜੀਤ ਕੌਰ, ਮਨਜੀਤ ਕੌਰ, ਅਤੇ ਮਾਤਾ ਗਿਆਨ ਕੌਰ ਦੇ ਪੋਤਰੇ ਕਾਕਾ ਗੁਰਪ੍ਰੀਤ ਸਿੰਘ, ਸਤਿੰਦਰ ਸਿੰਘ। ਇਹ ਪੂਰੀ ਬਾਗ ਫਰਵਾੜੀ ਜਿਹੜੀ ਆ, ਬਾਪੂ ਹਰਨਾਮ ਸਿੰਘ ਅਤੇ ਮਾਤਾ ਗਿਆਨ ਕੌਰ ਦੀ ਬੜੇ ਸੁਚੱਜੇ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ, ਅਤੇ ਜਿੱਥੇ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਵੀ ਇਹ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆ ਪਰਿਵਾਰ ਬਾਹਰ ਜਾ ਕੇ ਵੀ ਮੱਲਾਂ ਮਾਰੀਆਂ, ਅਤੇ ਸਮਾਜ ਦੇ ਵਿੱਚ ਵੀ ਇਹਨਾਂ ਦਾ ਨਾਂ ਆ, ਕਿਉਂਕਿ ਦਾਸ ਵੀ ਬਹੁਤ ਪੁਰਾਣਾ ਇੱਥੇ ਇਕੱਠੇ ਅਸੀਂ ਏਰੀਏ ਦੇ ਵਿੱਚ ਵੱਸਦੇ ਹਾਂ। ਮੇਰਾ ਵੀਰ ਗੁਰਦੀਪ ਸਿੰਘ ਤਾਂ ਛੋਟਾ ਸੀ, ਭੈਣਾਂ ਸਾਡੀਆਂ ਵੱਡੀਆਂ ਸੀ। ਜਿੱਥੇ ਬਜ਼ੁਰਗਾਂ ਨੇ, ਸਰਦਾਰ ਹਰਨਾਮ ਸਿੰਘ ਜੀ ਨੇ ਬੜੀ ਮਿਹਨਤ ਕੀਤੀ ਇੱਥੇ ਮੰਡ ਦੇ ਵਿੱਚ, ਮੰਡ ਦੀ ਪੈੜੀ 'ਚ, ਅਤੇ ਮੈਂ ਵੀ ਵੇਖਦਾ ਰਿਹਾ ਸ਼ੁਰੂ ਤੋਂ, ਮਾਤਾ ਜੀ ਨੇ, ਮਾਤਾ ਗਿਆਨ ਕੌਰ ਨੇ ਪੂਰੀ ਤਨਦੇਹੀ ਦੇ ਨਾਲ ਆਪਣੀ ਮਿਹਨਤ ਕਰਕੇ ਇਸ ਪਰਿਵਾਰ ਨੂੰ, ਬੱਚਿਆਂ ਨੂੰ ਪਾਲਿਆ, ਅਤੇ ਇਸ ਸਮੇਂ ਦੇ ਵਿੱਚ ਆਪਣੇ ਪੂਰੇ ਪੈਰਾਂ 'ਤੇ ਖੜ੍ਹੇ ਆ। ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਇਸ ਸਮੇਂ ਨੂੰ ਜਾਣ ਲਵੇ, ਇਸ ਸਮੇਂ ਨੂੰ ਸਮਝ ਲਵੇ, ਉਹੀ ਸਭ ਤੋਂ ਸਿਆਣਾ ਹੈ। ਥੋੜ੍ਹਾ ਸਮਾਂ ਜ਼ਰੂਰ ਮਾਤਾ ਜੀ ਨੂੰ ਤੰਗੀ ਆਈ, ਮੈਂ ਆਉਂਦਾ ਵੀ ਰਿਹਾ, ਦੇਖਦਾ ਰਿਹਾ, ਜਦੋਂ ਫੋਨ ਕਰਨਾ ਲੰਬੜਦਾਰ ਜੀ ਨੂੰ ਪੁੱਛਣਾ ਕਿ ਮਾਤਾ ਦਾ ਕੀ ਹਾਲ ਹੈ। ਥੋੜ੍ਹਾ ਜਿਹਾ ਸਮਾਂ, ਦੋ ਕੁ ਮਹੀਨੇ ਦਾ ਜ਼ਰੂਰ ਤੰਗੀ ਦਾ ਵੇਖਣਾ ਪਿਆ। ਉਸ ਤੋਂ ਪਹਿਲਾਂ ਮਾਤਾ ਜੀ ਦੀ ਸਿਹਤ ਇੰਨੀ ਵਧੀਆ ਸੀ, ਜਦੋਂ ਅਸੀਂ ਆਉਂਦੇ ਸੀ ਬੁਲਾਉਣਾ ਤਾਂ ਸਾਰੇ ਪਰਿਵਾਰ ਦਾ ਪੁੱਛਣਾ। ਸੋ ਇਸ ਕਰਕੇ ਜਦੋਂ ਇਨਸਾਨ ਨੇ ਜਾਣਾ ਹੁੰਦਾ, ਕੁਛ ਨਾ ਕੁਛ ਜ਼ਰੂਰ ਥੋੜ੍ਹੀ ਬਹੁਤੀ ਤੰਗੀ ਇਨਸਾਨ ਨੂੰ ਸਰੀਰ 'ਤੇ ਆਉਂਦੀ ਆ, ਸਰੀਰਕ ਤੰਗੀ ਥੋੜ੍ਹਾ ਜਿਹਾ ਜ਼ਰੂਰ ਆਈ ਆ। ਪਰ ਮੈਂ ਤਾਂ ਇਹੋ ਹੀ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ, ਇਸ ਮਾਤਾ ਨੂੰ ਆਪਣੇ ਸਵਰਗਾਂ ਦੇ ਵਿੱਚ ਨਿਵਾਸ ਬਖਸ਼ੇ। ਸੋ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਸੰਗਤਾਂ ਆਈਆਂ, ਜਿਨ੍ਹਾਂ ਦੇ ਵਿੱਚ ਸਰਦਾਰ ਹਰਦੇਵ ਸਿੰਘ ਜੀ, ਲਾਡੀ ਸਿਰੋਂ ਵਾਲੀ MLA ਸਾਹਿਬ, ਉਹ ਪਹੁੰਚੇ ਆ। ਹੋਰ ਵੀ ਸੰਗਤਾਂ ਹੈਗੀਆਂ ਜੋ ਮਾਤਾ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਸੋ ਮੈਂ ਬੇਨਤੀ ਕਰੂੰਗਾ, ਥੋੜ੍ਹਾ ਥੋੜ੍ਹਾ ਸਮਾਂ ਆਪਾਂ ਟਾਈਮ ਲੈਣਾ ਆ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਹਰਭਜਨ ਸਿੰਘ ਜੀ, ਪ੍ਰਧਾਨ ਗੱਡੀ ਰਾਏਪੁਰ ਤੋਂ, ਉਹ ਦੋ ਮਿੰਟ ਲਈ ਆਉਣ ਮੈਂ ਕਿਤੇ, ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਹਰਭਜਨ ਸਿੰਘ ਜੀ, ਪ੍ਰਧਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਕੁਛ ਦਿਨ ਪਹਿਲਾਂ ਸਤਿਕਾਰਯੋਗ ਮਾਤਾ ਗਿਆਨ ਕੌਰ ਜੀ, ਜੋ ਕਿ ਸਾਡੇ ਸਤਿਕਾਰਯੋਗ ਮੇਰੇ ਵੀਰ ਸਰਦਾਰ ਗੁਰਦੀਪ ਸਿੰਘ ਜੀ, ਉਹਨਾਂ ਦੇ ਮਾਤਾ ਜੀ ਮਾਤਾ ਗਿਆਨ ਕੌਰ, ਜੋ ਸਦੀਵੀ ਵਿਛੋੜਾ ਦੇ ਕੇ ਇਸ ਲੋਕ ਦੇ ਵਿੱਚੋਂ ਪਰਲੋਕ ਸੁਧਾਰ ਗਏ ਸੀ, ਉਹਨਾਂ ਦੀ ਅੱਜ ਅੰਤਿਮ ਅਰਦਾਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ,
ਸੱਜਣ ਮਿੱਤਰ ਰਿਸ਼ਤੇਦਾਰ ਜਿੱਥੋਂ ਜਿੱਥੋਂ ਵੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਆਪਦਾ ਦੁੱਖ ਸਾਂਝਾ ਕਰ ਲਈ ਸਰਦਾਰ ਗੁਰਦੀਪ ਸਿੰਘ ਦੇ ਪਰਿਵਾਰ ਦੇ ਕੋਲ ਪਹੁੰਚੇ ਆ ਅਤੇ ਪਾਠੀ ਸਿੰਘਾਂ ਨੇ ਪਾਠ ਕੀਤਾ, ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਸਾਰੀਆਂ ਸੰਗਤਾਂ ਨੇ ਬਹੁਤ ਹੀ ਨਿੱਘੇ ਗੁਰਬਾਣੀ ਦਾ ਮਾਣ ਮਾਣਿਆ। ਮੈਂ ਇੱਕ ਮਿੰਟ ਹੀ ਲੈ ਕੇ ਬੰਦ ਹੋ ਜਾਣਾ ਹੈ। ਸਰਦਾਰ ਗੁਰਦੀਪ ਸਿੰਘ ਦੇ ਨਾਲ ਸਾਡਾ ਬਹੁਤ ਆਉਣ ਜਾਣਾ, ਬਹੁਤ ਗੱਲਾਂ ਆਉਣ ਵਾਲੇ ਬੁਲਾਰਿਆਂ ਨੇ ਵੀ ਕਹਿਣੀਆਂ ਅਤੇ ਦਲਸਰਾਬ ਦਲਜੀਤ ਸਿੰਘ ਨੇ ਵੀ ਕਹਿ ਦਿੱਤੀਆਂ। ਪਰ ਮੈਂ ਇਸ ਪਰਿਵਾਰ ਦੀ ਵੱਡੀ ਖੂਬੀ ਇਹ ਵੇਖੀ ਆ ਵੀ ਮਾਤਾ ਜੀ ਦੇ ਮੰਜੇ 'ਤੇ ਪੈਣ ਤੋਂ ਬਾਅਦ ਚਾਰ ਪੰਜ ਵਾਰੀ ਆਉਣ ਦਾ ਮੌਕਾ ਮਿਲਿਆ, ਆਉਂਦੇ ਰਹੇ ਅਸੀਂ। ਇੰਨੀ ਸੇਵਾ 24 ਘੰਟੇ, ਚਾਹੇ ਸਰਦਾਰ ਗੁਰਦੀਪ ਸਿੰਘ ਜੀ ਧਰਮ ਪਤਨੀ, ਚਾਹੇ ਸਾਡੇ ਭੈਣ ਜੀ ਹੋਣੀ, ਚਾਹੇ ਕੋਈ ਗਾਂਹ ਰਿਸ਼ਤੇਦਾਰ ਬੇਟੇ ਆ ਨਿੱਕੇ ਦੋ, ਸਾਰਿਆਂ ਨੇ ਨੱਪਣਾ ਕੁੱਟਣਾ। ਮੈਂ ਹਰ ਬੰਦੇ ਨੂੰ ਬੇਨਤੀ ਕਰਦਾ ਕਿ ਇਹ ਮਾਤਾ ਨੂੰ ਕਰਦਾ, ਭੈਣਾਂ ਨੂੰ ਵੀ ਇਹ ਟਾਈਮ ਆਪਣੇ 'ਤੇ ਵੀ ਆਉਣਾ। ਅਸਲ ਦੇ ਵਿੱਚ ਜਿਹੜਾ ਸਭ ਤੋਂ ਉੱਚਾ ਮੰਦਰ ਆ ਉਹ ਮਾਂ ਅਤੇ ਪਿਓ ਹੁੰਦੇ ਆ, ਅਤੇ ਇਹ ਅਖੀਰਲਾ ਟਾਈਮ ਹਰ ਇੱਕ 'ਤੇ ਆਉਣਾ। ਜਿਸ ਤਰ੍ਹਾਂ ਇਸ ਪਰਿਵਾਰ ਨੇ ਆਪਣੀ ਮਾਤਾ ਦੀ ਸੇਵਾ ਕੀਤੀ ਆ, ਉਹ ਆਪਾਂ ਨੂੰ ਵੀ ਕਰਨੀ ਚਾਹੀਦੀ ਆ। ਆਪਾਂ ਕਿਸੇ ਗੁਰਦੁਆਰੇ ਮੰਦਰ 'ਚ ਜਾਣ ਤੋਂ ਰਹਿ ਜਾਈਏ ਕੋਈ ਹਰਜ ਨਹੀਂ, ਪਰ ਮਾਤਾ ਪਿਤਾ ਦੀ ਸੇਵਾ ਤੋਂ ਨਹੀਂ ਰਹਿਣਾ ਚਾਹੀਦਾ। ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਅਰਦਾਸ ਕਰਨਾ ਕਿ ਸੱਜੇ ਪਾਤਸ਼ਾਹ ਇਸ ਰੂਹ ਨੂੰ ਆਪਦੇ ਚਰਨਾਂ ਦੇ ਵਿੱਚ ਰੱਖੀ, ਦਇਆ ਕਰੀ, ਇਸ ਪਰਿਵਾਰ 'ਤੇ ਸੁੱਖ ਸ਼ਾਂਤੀਆਂ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਦੇ ਭਾਈ ਸਾਹਿਬ ਕਿਰਪਾਲ ਸਿੰਘ ਜੀ ਦਰਜੀ, ਜੋ ਗੁਰਦੀਪ ਸਿੰਘ ਦੇ ਮਾਮਾ ਜੀ ਸਰਦਾਰ ਸੰਤੋਖ ਜੀ, ਸੰਤੋਖ ਸਿੰਘ ਜੀ ਮਾਮਾ ਜੀ ਅਤੇ ਉਹਨਾਂ ਦਾ ਪਰਿਵਾਰ ਅੱਜ ਇਸ ਘੜੀ ਦੇ ਵਿੱਚ ਸ਼ਾਮਿਲ ਹੋਏ ਆ। ਉੱਥੇ ਹੀ ਸਰਦਾਰ ਅਮਰਜੀਤ ਸਿੰਘ ਸ਼ਾਹਲਾਪੁਰ ਤੋਂ, ਉਹ ਵੀ ਇੱਥੇ ਹਾਜ਼ਰ ਹੋਏ ਆ ਦੁੱਖ ਦੀ ਘੜੀ ਦੇ ਵਿੱਚ। ਅਸੀਂ ਜ਼ਿਆਦਾ ਬੁਲਾਰਿਆਂ ਨੂੰ ਸਮਾਂ ਨਹੀਂ ਦੇ ਸਕਦੇ। ਰੇਸ਼ਮ ਸਿੰਘ ਸਰਪੰਚ, ਗੱਟੀ ਮੀਰ ਬਖਸ਼, ਅਮਰਜੀਤ ਸਿੰਘ ਗੱਟੀ ਡਾਇਰੈਕਟਰ ਸ਼ੂਗਰ ਮਿੱਲ, ਔਰ ਨਵਾਂ ਪਿੰਡ ਖਾਲੇ ਵਾਲ ਤੋਂ ਸਾਰੀ ਸੰਗਤ ਇੱਥੇ ਪਹੁੰਚੀ ਆ। ਦਰਜਾ ਦਰਜਾ ਇਕੱਲੇ ਇਕੱਲੇ ਦਾ ਮੈਂ ਨਾਂ ਲੈਣ ਲੱਗਾ ਅਤੇ ਕਾਫੀ ਸਮਾਂ ਲੱਗੂਗਾ, ਹੋਰ ਵੀ ਸੰਗਤਾਂ ਪਹੁੰਚੀਆਂ, ਸਾਰਿਆਂ ਨੂੰ ਜੀ ਆਇਆਂ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਸ਼ਿਵਿੰਦਰ ਸਿੰਘ ਜੀ 2 ਮਿੰਟ ਲਈ ਉਹ ਆਉਣ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਡਾਕਟਰ ਸ਼ਿਵਿੰਦਰ ਸਿੰਘ ਜੀ ਸੰਮਤੀ ਮੈਂਬਰ ਗੱਟੀ ਪੀਰ ਬਖਸ਼ੋ। ਪੰਛੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੇਰੀ ਵਿਖਿਆ ਤਿਹਾ ਹੁਕਮ ਆਹੇ, ਘੱਲੇ ਆਵੇ ਨਾਨਕਾ ਸੱਥੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਗਿਆਨ ਕੌਰ ਜੀ ਥੋੜ੍ਹੇ ਦਿਨ ਮਾਰਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਅੱਜ ਆਪਾਂ ਸਾਰੇ ਰਿਸ਼ਤੇਦਾਰ ਭੈਣ ਭਰਾ ਜਿੰਨਾ ਜਿੰਨਾ ਨੇੜਿਆ ਆਪਾਂ ਸਾਰੇ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਹਾਂ। ਮਾਤਾ ਗਿਆਨ ਕੌਰ ਜੀ ਬਾਰੇ ਬਹੁਤ ਲੰਬੀ ਕਹਾਣੀ ਆ, ਪਰ ਕਾਫੀ ਟਾਈਮ ਲੱਗਣਾ ਉਹਨੂੰ ਦੱਸਣ ਨੂੰ, ਕਿਉਂਕਿ ਮਾਤਾ ਜੀ ਨੇ ਇੰਨਾ ਕੰਮ ਕੀਤਾ ਹੈ ਮਾਤਾ ਗਿਆਨ ਕੌਰ ਜੀ ਨੇ ਔਰ ਸਰਦਾਰ ਹਰਨਾਮ ਸਿੰਘ ਜੀ ਨੇ। ਮੈਂ ਤਾਂ ਗੁਰਦੀਪ ਸਿੰਘ ਨੂੰ ਪੁੱਛਦਾ ਸੀਗਾ ਇੱਕ ਦਿਨ ਆਇਆ ਸੀਗਾ ਥੋੜ੍ਹੇ ਦਿਨ ਪਹਿਲਾਂ, ਕਿ ਸਰਦਾਰ ਗੁਰਦੀਪ ਸਿੰਘ ਜੀ ਮਾਤਾ ਜੀ ਨੇ ਡਾਇਰੈਕਟਰ ਵੀ ਚਲਾਇਆ ਕਿ ਨਹੀਂ ਚਲਾਇਆ।
ਗੁਰਦੀਪ ਸਿੰਘ ਨੇ ਇਹ ਗੱਲ ਕਿ ਮਾਤਾ ਨੇ ਇੰਨੀ ਵਾਢੀ ਕੀਤੀ ਆ, ਇਹਨਾਂ ਛੋਸਾ ਦਾ ਹੱਕ ਵੀ ਪਾਇਆ ਹੋਇਆ। ਅੱਜ ਇਹ ਪਰਿਵਾਰ ਇਹਨਾਂ ਬਲੰਦਰਾਂ 'ਤੇ ਆ, ਸਿਰਫ ਉਹਨਾਂ ਦੀ ਮਿਹਨਤ ਕਰਕੇ। ਉਹਨਾਂ ਨੇ ਇੰਨੀ ਮਿਹਨਤ ਕੀਤੀ ਆ, ਮਿਹਨਤ ਇੰਨੇ ਸੁਚੇ ਢੰਗ ਦੇ ਨਾਲ ਕੀਤੀ ਆ, ਅੱਜ ਸਾਰਾ ਇਲਾਕਾ ਦੇਖਦਾ ਹੈ। ਸੋ ਜ਼ਿਆਦੀਆਂ ਗੱਲਾਂ ਆਪਾਂ ਇੱਥੇ ਨਹੀਂ, ਟਾਈਮ ਬਹੁਤ ਘੱਟ ਆ। ਇੱਕੋ ਅਰਦਾਸ ਕਰਦੀ ਹਾਂ ਮਾਤਾ ਜੀ ਨੂੰ ਸਵਰਗਾਂ 'ਚ ਵਾਸਾ ਦੇਣ, ਪਿੱਛੇ ਪਰਿਵਾਰ ਨੂੰ ਭਾਣ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਮੇਲ ਸਿੰਘ ਨੰਬਰਦਾਰ ਕਾਕੜ ਕਲਾਂ, ਹਰਨੇਕ ਸਿੰਘ ਪ੍ਰਧਾਨ ਸੈਕਟਰੀ ਯੂਨੀਅਨ ਅਤੇ ਉਹਨਾਂ ਦੇ ਸਮੂਹ ਸੈਕਟਰੀ, ਉਹ ਵੀ ਹਾਜ਼ਰ ਹੋਏ ਇੱਥੇ, ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ। ਲੋਹੀਆਂ ਤੋਂ ਸਾਡੇ ਬਲਵਿੰਦਰ ਸਿੰਘ ਜੀ ਪ੍ਰਧਾਨ, ਸਾਬਕਾ ਨਗਰ ਪੰਚਾਇਤ ਦੇ ਤੀਰ ਸਿੰਘ ਜੀ ਕੰਗ, ਉਹ ਵੀ ਇੱਥੇ ਹਾਜ਼ਰ ਹੋਏ ਆ, ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਜੀ ਆਇਆਂ ਕਹਿੰਦੇ ਹਾਂ। ਹੁਣ ਮੈਂ 2 ਮਿੰਟ ਲਈ ਰਤਨ ਸਿੰਘ ਜੀ ਕਾਕੜਾਂ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਲਈ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਰਤਨ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੀ ਹੋਈ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਰਿਵਾਰ ਦੀਆਂ ਗੱਲਾਂ ਬੁਲਾਰੇ ਨੇ ਕੀਤੀਆਂ ਵੀ ਅਤੇ ਕਰਨੀਆਂ ਵੀ ਆ। ਵਾਕਿਆ ਮਿਹਨਤ ਦਾ ਪੁੰਜ ਸੀ ਇਹ ਪਰਿਵਾਰ। ਅਸੀਂ ਛੋਟੇ ਛੋਟੇ ਹੁੰਦੇ ਸੀ, ਤਕਰੀਬਨ 5-6 ਸਾਲ ਦੀ ਉਮਰ ਦੇ ਵਿੱਚ, ਇਹਨਾਂ ਕੋਲ ਇੱਕ ਜੀਟਰ ਟਰੈਕਟਰ ਹੁੰਦਾ ਸੀ, 25 ਮੈਲ ਸੀ, 25 ਨੰਬਰ। ਅਤੇ ਉਦੋਂ ਅੰਕਲ ਹਰਨਾਮ ਸਿੰਘ ਜੀ ਨਾਲੇ ਤਾਂ ਆਪਣੀ ਪੈਲੀ ਵਾਹੁੰਦੇ ਹੁੰਦੇ ਸੀ ਅਤੇ ਨਾਲੇ ਲੋਕਾਂ ਦੀ ਪੈਲੀ ਉਹਨਾਂ ਨੇ ਵਾਹੁਣੀ ਅਤੇ ਕਰਾਉਣੀ, ਅਸੀਂ ਵੀ ਉਹਨਾਂ ਕੋਲ ਪੈਲੀ ਕਰਵਾਉਂਦੇ ਰਹੇ, ਤਾਂ ਕਰਕੇ ਮੈਨੂੰ ਚੇਤਾ। ਅਸੀਂ ਆ ਨਾਲ ਹੀ ਸਾਡੀ ਪੈਲੀ ਆ, ਹੁਣ ਤਾਂ ਮੇਰਾ ਆਪਣਾ ਹੀ ਪਿੰਡ ਆ ਜਖੋਪੁਰ ਜਿਹੜਾ ਵਾ, ਅਤੇ ਮੈਂ ਇਹਨਾਂ ਦੀ ਮਿਹਨਤ ਦੇਖੀ ਆ। ਮਾਤਾ ਜੀ ਗਿਆਨ ਕੌਰ ਨੂੰ ਜਦੋਂ ਆ ਕੇ ਮਿਲਣਾ, ਹੱਸੇ ਹੱਸ ਕੇ ਉਹਨਾਂ ਨੇ ਮਿਲਣਾ, ਖਿੜੇ ਮੱਥੇ ਉਹਨਾਂ ਨੇ ਆਇਆ ਨੂੰ ਭੁਲਾਉਣਾ, ਅਤੇ ਇੱਥੋਂ ਹੀ ਪਤਾ ਲੱਗਦਾ ਕਿ ਬੂਟਾ ਕਿਹੋ ਜਿਹਾ ਅਤੇ ਅਗਲਾ ਪਰਿਵਾਰ ਜਿਹੜਾ ਕੋਈ ਇਸੇ ਤਰ੍ਹਾਂ ਦਾ, ਪੁੱਤਰ ਧੀਆਂ ਪੋਤੇ ਸਾਰੇ ਇੱਕ ਦੂਜੇ ਨੂੰ ਖਿੜੇ ਮੱਥੇ ਬੁਲਾਉਂਦੇ ਆ ਅਤੇ ਘਰ ਆਏ ਦਾ ਸਤਿਕਾਰ ਕਰਦੇ ਆ। ਸੋ ਮੈਂ ਇੰਨੀਆਂ ਕੁ ਗੱਲਾਂ ਕਰਦਾ ਹੋਇਆ ਖਿਮਾ ਦਾ ਜਾ ਚੁੱਕਿਆ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮਾਤਾ ਗਿਆਨ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਹਿਬ ਬਲਜਿੰਦਰ ਸਿੰਘ ਜੀ ਭੱਠੇ ਵਾਲੇ ਪੂਣੀਆਂ ਤੋਂ, ਪੰਡਿਤ ਨਿੱਚਾ ਜੀ ਪੂਣੀਆਂ ਤੋਂ ਆਏ ਆ। ਬੁਲਾਰੇ ਬਹੁਤ ਸਾਡੇ ਕੋਲ, ਪਰ ਟਾਈਮ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ। ਮੈਂ ਜਿੱਥੇ ਇਹ ਸਾਰਿਆਂ ਇਹਨਾਂ ਵੀਰਾਂ ਦਾ ਇੱਥੇ ਧੰਨਵਾਦ ਕਰਦਾ ਹਾਂ, ਉੱਥੇ ਸਾਡੇ ਵੀਰ ਪੱਤਰਕਾਰ ਫੋਰਮ ਲੋਹੀਆਂ ਤੋਂ, ਉਹ ਵੀ ਸਾਡੇ ਵਿੱਚ ਹਾਜ਼ਰ ਆ। ਮੈਂ ਉਹਨਾਂ ਨੂੰ ਵੀ ਇੱਥੇ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ, ਇਸ ਸ਼ੋਕ ਸਭਾ ਦੇ ਵਿੱਚ ਹਾਜ਼ਰ ਹੋਣ ਲਈ ਇੱਥੇ ਧੰਨਵਾਦ ਕਰਦਾ ਹਾਂ, ਜੀ ਆਇਆਂ ਕਹਿੰਦਾ ਹਾਂ। ਅਤੇ ਹੁਣ ਮੈਂ ਬੇਨਤੀ ਕਰਦਾ ਹਾਂ
ਡਾਕਟਰ ਅਮਰਜੀਤ ਸਿੰਘ ਸਿੰਧ ਉਹ 2 ਮਿੰਟ ਲਈ ਆਉਣ ਅਤੇ ਆਪਣੇ ਸ਼ਰਧਾ ਦੇ ਫੁੱਲ ਮਾਤਾ ਜੀ ਨੂੰ ਭੇਟ ਕਰਨ। ਸੋ ਆਣ ਕੇ ਮੈਗ ਦੇ ਮਾਤਾ ਜੀ ਜੁਗੋ ਜੁਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੇ ਵਿੱਚ ਬੈਠੇ ਬੜੇ ਹੀ ਭਰੇ ਮਨ ਦੇ ਨਾਲ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਦਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਛ ਦਿਨ ਪਹਿਲਾਂ ਸਰਦਾਰਨੀ ਮਾਤਾ ਗਿਆਨ ਕੌਰ ਜੀ ਆਪਣੇ ਪੁੱਤ ਪੋਤਰਿਆਂ ਦੇ ਵਿੱਚ ਸਰਦਾਰੀ ਮੰਨਦੇ ਹੋਏ ਸਾਨੂੰ ਸਾਰਿਆਂ ਨੂੰ ਸਦਮੀ ਵਿਛੋੜਾ ਦੇ ਗਏ। ਜਿੱਥੇ ਪਰਿਵਾਰ ਨੂੰ ਮਾਤਾ ਜੀ ਦੇ ਜਾਣ ਦਾ ਦੁੱਖ ਹੈ, ਉੱਥੇ ਸਾਡੇ ਕੋਲੋਂ, ਸਾਡੀ ਆਉਣ ਵਾਲੀ ਪੀੜ੍ਹੀ ਦੇ ਕੋਲੋਂ ਇੱਕ ਐਸਾ ਗਵਾਹ ਵੀ ਦੂਰ ਚਲਾ ਗਿਆ, ਕਿਉਂਕਿ ਮਾਤਾ ਜੀ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ, ਪਰ ਐਸਾ ਗਵਾਹ ਸਾਡੇ ਕੋਲੋਂ ਚਲਾ ਗਿਆ ਜਿਹਨੇ 47 ਦੀ ਵੰਡ ਔਰ 47 ਦਾ ਉਹ ਹਾਲਾਤ, ਉਹ ਐਸੀ ਸ਼ਖਸੀਅਤਾਂ ਚੀਜ਼ਾਂ ਦੇਖੀਆਂ ਔਰ ਝੱਲੀਆਂ ਆਪਣੇ ਉੱਤੇ। ਸੋ ਸ਼ਾਇਦ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ ਐਸੇ ਨਿੱਕ ਨਾ ਮਿਲ ਸਕਣ, ਐਸੇ ਗਵਾਹੀਆਂ, ਐਸੀਆਂ ਕਹਾਣੀਆਂ ਕਿਸੇ ਬੰਦੇ ਨੂੰ ਨਾ ਮਿਲ ਸਕਣ। ਕਿਉਂਕਿ ਮਾਤਾ ਜੀ ਨੇ ਜਿਵੇਂ ਕਿ ਸਾਰੇ ਬੁਲਾਰਿਆਂ ਨੇ ਦੱਸਿਆ, ਬਹੁਤ ਸੰਘਰਸ਼ ਕੀਤਾ ਔਰ ਸਰਦਾਰ ਗੁਰਦੀਪ ਸਿੰਘ ਜੀ ਬਾਰੇ ਤਾਂ ਸ਼ਾਇਦ ਹੁਣ ਮੈਂ ਕੋਈ ਬਹੁਤ ਸ਼ਬਦ ਨਾ ਕਹਿ ਸਕਾਂ, ਕਿਉਂਕਿ ਐਸਾ ਸੁਭਾਅ ਉਹਨਾਂ ਦਾ, ਐਸਾ ਉਹਨਾਂ ਦੇ ਚਿਹਰੇ ਦੇ ਉੱਤੇ ਹੁਨਰ ਕਿ ਜੋ ਵੀ ਉਹਨਾਂ ਵਿਅਕਤੀ ਨੂੰ ਦੇਖਦਾ ਸ਼ਾਇਦ ਉਹਨਾਂ ਦਾ ਹੋ ਕੇ ਹੀ ਰਹਿ ਜਾਂਦਾ। ਔਰ ਮਾਤਾ ਜੀ ਨੇ ਜਿਸ ਤਰੀਕੇ ਦੇ ਨਾਲ ਇਸ ਫੁਲਵਾੜੀ ਨੂੰ ਸਾਂਭਿਆ, ਸਰਦਾਰ ਸੁਖਬੀਰ ਸਿੰਘ ਜੀ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਨੇ ਔਰ ਤਕਰੀਬਨ 20 ਸਾਲ ਪਹਿਲਾਂ 1999 ਦੇ ਵਿੱਚ ਜਨਵਰੀ 'ਚ ਉਹਨਾਂ ਦੇ ਸਿਰ 'ਤੇ ਸਾਈਂ ਸਰਦਾਰ ਹਰਨਾਮ ਸਿੰਘ ਜੀ ਜਦੋਂ ਪਰਿਵਾਰ ਨੂੰ ਛੱਡ ਕੇ ਚਲੇ ਗਏ, ਸਦੀ ਵਿਛੋੜਾ ਦੇ ਗਏ, ਔਰ ਉਸ ਤੋਂ ਬਾਅਦ ਮਾਤਾ ਜੀ ਨੇ ਪੂਰੇ ਪਰਿਵਾਰ ਨੂੰ ਇੱਕ ਗਾਂਧੀ ਦੀ ਤਰ੍ਹਾਂ, ਇੱਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਿਆ ਔਰ ਜਿਸ ਦਾ ਜੋ ਨਤੀਜਾ ਆਪਾਂ ਸਾਰੇ ਦੇਖ ਰਹੇ ਹਾਂ। ਸਰਦਾਰ ਗੁਰਦੀਪ ਸਿੰਘ ਜੀ ਜੋ ਕਿ ਸੰਮਤੀ ਮੈਂਬਰ ਵੀ ਬਣੇ, ਸਰਪੰਚ ਵੀ ਬਣਦੇ, ਔਰ ਕੇਵਲ ਮੈਂ ਰਾਜਨੀਤਿਕ ਇਹਨਾਂ ਦੀ ਕਾਰਜਾਂ ਦੀ ਗੱਲ ਨਹੀਂ ਕਰਾਂਗਾ, ਸਮਾਜਿਕ ਤੌਰ 'ਤੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੋ ਇਹਨਾਂ ਦੇ ਸਮਾਜ ਦੇ ਪ੍ਰਤੀ ਜ਼ਿੰਮੇਦਾਰੀਆਂ ਔਰ ਸਮਾਜ ਸੇਵਾ ਕਰਦੇ ਰਹੇ ਹਨ, ਔਰ ਇਸ ਦੇ ਨਾਲ ਨਾਲ ਪਰਿਵਾਰ ਦੇ ਵਿੱਚ ਇਹਨਾਂ ਨੇ ਬਾਖੂਬੀ ਸਿੱਖਿਆ ਨੂੰ ਵੀ ਪਹਿਲ ਦਿੱਤੀ। ਅੱਜ ਇਹਨਾਂ ਦੇ ਬੱਚੇ ਬਹੁਤ ਉੱਚ ਕੋਟੀ ਦੀ ਸਿੱਖਿਆ ਲੈ ਰਹੇ ਨੇ। ਸੋ ਐਸੇ ਮੌਕੇ 'ਤੇ, ਐਸੇ ਪਰਿਵਾਰਾਂ ਦੇ ਵਿੱਚ ਜਦੋਂ ਅਜਿਹੀਆਂ ਘਟਨਾਵਾਂ ਵਾਲੀਆਂ ਹਰਕਤਾਂ, ਮਾਫ਼ ਕਰਨਾ, ਜਦੋਂ ਐਸੀਆਂ ਦੁਖਦਾਇਕ ਸਥਿਤੀਆਂ ਆ ਜਾਂਦੀਆਂ ਹਨ ਔਰ ਐਸੇ ਮੌਕੇ ਦੇ ਦੁੱਖ ਦੇ ਵਿੱਚ ਅੱਜ ਇੰਨਾ ਵੱਡਾ ਇਕੱਠ ਪਹੁੰਚਿਆ ਹੈ, ਸੋ ਇਸ ਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਸਮਾਜ ਸੇਵਾ ਔਰ ਇਸ ਪਰਿਵਾਰ ਦੀ ਸਮਾਜ ਨੂੰ ਦੇਣ ਹੈ। ਸੋ ਅੰਤ ਦੇ ਵਿੱਚ ਬਾਣੀ ਦਾ ਫਰਮਾਨ ਹੈ, ਦੇਹੋ ਸੱਜਣ ਅਸੀਸੜੀਆਂ ਹੋਵੇ ਸਾਹਿਬ ਸਿਓ ਮੇਲ। ਅੱਜ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਵਾਰ ਅਰਦਾਸ ਕੀਤੀ ਔਰ ਜਾਂਦੇ ਜਾਂਦੇ ਫਿਰ ਮਨ ਦੇ ਵਿੱਚ ਇੱਕ ਅਰਦਾਸ ਕਰਕੇ ਜਾਣੀ ਹੈ ਕਿ ਹੇ ਪਰਮਾਤਮਾ, ਇਸ ਪਰਿਵਾਰ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਦੇਵੀ ਔਰ ਮਾਤਾ ਗਿਆਨ ਕੌਰ ਜੀ ਨੂੰ ਆਪਣੇ ਚਰਨਾਂ ਦੇ ਸਥਾਨ ਬਖਸ਼ੇ। ਸੋ ਇਹਨਾਂ ਸ਼ਰਧਾ ਦੇ ਨਾਲ ਆਪ ਸਭ ਤੋਂ ਅੱਗੇ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਿਬ ਜਿਨ੍ਹਾਂ ਨੇ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਹਰਦੇਵ ਸਿੰਘ ਜੀ ਲਾਡੀ ਸਿਰੋਂ ਵਾਲੀ MLA ਹਲਕਾ ਸ਼ਾਹਕੋਟ, ਜੋ ਕਿ ਇਸ ਪਰਿਵਾਰ ਦੇ ਵਿੱਚ ਹਮਦਰਦੀ ਪ੍ਰਗਟ ਕਰਨ ਲਈ ਆਏ ਆ, ਅਤਿਥੀ ਤੌਰ 'ਤੇ ਟਾਈਮ ਕੱਢ ਕੇ ਸੋ ਹੁਣ ਆਉਣਗੇ,
ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਲਾਡੀ ਸਾਹਿਬ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚੜ ਬੈਠੀ ਗੁਰੂ ਪਿਆਰੇ ਸਾਹਿਬ ਸਿੰਘ ਜੀਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਤਿਆ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਹੁਕਮ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਗਿਆਨ ਕੌਰ ਜੀ ਧਰਮ ਸੁਪਤਨੀ ਸਵਰਗ ਵਾਸੀ ਸਾ ਹਰਨਾਮ ਸਿੰਘ ਜੀ ਜਿਹਨੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਪਰਮਾਤਮਾ ਨੂੰ ਦਿੱਤੇ ਹੋਏ ਸਵਾਸ ਧੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬੈਠੇ। ਭਾਵੇਂ ਮਾਤਾ ਜੀ ਉਮਰ ਭੋਗ ਕੇ ਗਏ ਪਰ ਜਿਹੜਾ ਪਰਿਵਾਰ ਦਾ ਮੁਖੀ ਹੋਵੇ ਪਰਿਵਾਰ ਦੇ ਵਿੱਚੋਂ ਜਾਵੇ ਉਹਦਾ ਨੁਕਸਾਨ ਬਹੁਤ ਵੱਡਾ ਹੁੰਦਾ ਕਿਉਂਕਿ ਮਾਤਾ ਜੀ ਦਾ ਜਿਹੜਾ ਜੀਵਨ ਸੀ ਬਹੁਤ ਸਾਦਾ ਅਤੇ ਸੁੱਚਾ ਸੀ। ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾਰਿਆਂ ਨੇ ਦੱਸਿਆ ਇਸ ਪਰਿਵਾਰ ਦੇ ਪਿਛੋਕੜ ਬਾਰੇ ਔਰ ਜਦੋਂ ਮੈਂ ਤਾਂ ਅਕਸਰ ਹੀ ਗੱਲ ਕਰਦਾ ਕਿ ਜਿਹੜੀ ਪੀੜ੍ਹੀ ਸਾਡੇ ਤੋਂ ਅੱਜ ਖੁਸ਼ ਰਹੀ ਆ ਜਾਂ 20 ਸਾਲ ਪਹਿਲਾਂ ਸਾਡੇ ਬਜ਼ੁਰਗ ਸਾਡੇ ਕੋਲੋਂ ਗਏ ਉਦੋਂ ਸਾਹ ਗੁਰਦੀਪ ਸਿੰਘ ਜੀ ਜਾਂ ਸਾਹ ਸੁਖਬੀਰ ਸਿੰਘ ਜੀ ਬਹੁਤ ਛੋਟੇ ਹੋਣੇ ਆ ਸਾਡੀਆਂ ਭੈਣਾਂ ਕਿੰਨੇ ਪਰ ਜਿਹੜੀ ਜ਼ਿੰਮੇਵਾਰੀ ਮਾਤਾ ਜੀ ਨੇ ਆਪਣੇ ਫਰਜ਼ ਨਿਭਾਏ ਉਹ ਵੀ ਆਪਣੇ ਸਾਰਿਆਂ ਪਰਿਵਾਰਾਂ ਨੂੰ ਪਤਾ ਬੜੀ ਬਖੂਬੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਪਰਿਵਾਰ ਨੂੰ ਕਿਸੇ ਮੁਕਾਮ 'ਤੇ ਲੈ ਕੇ ਗਏ ਕਿਉਂਕਿ ਪਿਛਲਾ ਜਦੋਂ ਆਪਾਂ ਸਮਾਂ ਵੇਖਦੇ ਹਾਂ ਹਾਲਾਤ ਵੇਖਦੇ ਹਾਂ ਉਹ ਸਾਡੇ ਪਰਿਵਾਰਾਂ ਲਈ ਇੱਕ ਚੁਣੌਤੀ ਭਰਿਆ ਸਮਾਂ ਸੀ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਜਦੋਂ ਇਹ ਬਜ਼ੁਰਗ ਉੱਜੜ ਕੇ ਆ ਕੇ ਵਸੇ ਤਾਂ ਇੱਥੇ ਮੰਡ ਹੁੰਦਾ ਸੀ ਸਾਰੇ ਝਾਲਕੀ ਦੇ ਉਹਨਾਂ ਨੂੰ ਆਬਾਦ ਕੀਤਾ ਤਾਂ ਆਪਣੇ ਪਰਿਵਾਰ ਨੂੰ ਰੋਜ਼ੀ ਰੋਟੀ ਦੇ ਯੋਗ ਬਣਾਏ। ਅਸੀਂ ਤਾਂ ਅੱਜ ਐਵੇਂ ਖਾਮ ਖਾਮ ਮੱਲਾਂ ਮਾਰਦੇ ਫਿਰਦੇ ਹਾਂ ਇਹ ਤਾਂ ਕਮਾਈ ਬਜ਼ੁਰਗਾਂ ਦੀ ਆ ਜਿਹੜੀ ਕਮਾਈ ਉਹ ਕਰ ਗਏ ਹਾਂ ਅਸੀਂ ਅਜੇ ਉਹਨਾਂ ਦੇ ਹਿਸਾਬ ਨਾਲ ਤਾਂ ਕੁਛ ਵੀ ਨਹੀਂ ਕੀਤਾ। ਅਸੀਂ ਤਾਂ ਐਵੇਂ ਇੱਥੇ ਲੜਾਈਆਂ ਝਗੜਿਆਂ 'ਚ ਤੁਰੇ ਫਿਰਦੇ ਹਾਂ ਐਵੇਂ ਆਪਣਾ ਸਮਾਂ ਖਰਾਬ ਕਰ ਰਹੇ ਹਾਂ। ਇਹਨਾਂ ਬਜ਼ੁਰਗਾਂ ਤੋਂ ਸਾਨੂੰ ਅੱਜ ਸੋਚ ਇਹਨਾਂ ਦੀ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਆ। ਇਹਨਾਂ ਬਜ਼ੁਰਗਾਂ ਦਾ ਜਿਹੜਾ ਸੰਗਠ ਮੈਂ ਦੇਖਿਆ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਵੀ ਜਦੋਂ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਸਾਡੇ ਕੋਲ ਦਾਣੇ ਨਹੀਂ ਹੁੰਦੇ ਸੀ ਇੱਕ ਡੰਗ ਦੀ ਰੋਟੀ ਕਮਾਉਣੀ ਅਤੇ ਖਾਣੀ ਅਤੇ ਜਦੋਂ ਉਹਨਾਂ ਬਜ਼ੁਰਗਾਂ ਦੀ ਜਿਹੜੀ ਮਿਹਨਤ ਆ ਜਿਹੜੇ ਅੱਜ ਮੈਂ ਇਸ ਮੰਚ 'ਤੇ ਉਹਨਾਂ ਬਜ਼ੁਰਗਾਂ ਦੀ ਬਦੌਲਤ ਹੈ। ਅੱਗੇ ਅਸੀਂ ਕਮਾਈ ਕਰਾਂਗੇ ਤਾਂ ਹੀ ਸਮਾਜ ਦੀ ਗੱਲ ਚੰਗੀ ਹੁੰਦੀ ਆ। ਜਦੋਂ ਗੱਲ ਕੀਤੀ ਇਸ ਪਰਿਵਾਰ ਦੇ ਜਿਹੜਾ ਸਾਡੇ ਮਾਤਾ ਜੀ ਦਾ ਜਿਹੜਾ ਪਿਛੋਕੜ ਪਰਿਵਾਰ ਸਾਡੇ ਦਰਦੀ ਪਰਿਵਾਰ ਸਾਹਿਬ ਕਿਰਪਾਲ ਸਿੰਘ ਜੀ ਦਰਦੀ ਬਾਹਰ ਬੈਠੇ ਆ ਕਿਉਂਕਿ ਮੇਰਾ ਉਸ ਪਰਿਵਾਰ ਦਾ ਵੀ ਸਾਡਾ ਮੇਰੇ ਬਜ਼ੁਰਗਾਂ ਤੋਂ ਮੇਰੇ ਤਾਇਆ ਜੀ ਦੇ ਨਾਲ ਬਹੁਤ ਜ਼ਿਆਦਾ ਗੂੜਾ ਪਿਆਰ ਸੀ। ਰੁਪਿਆਲ ਤੋਂ ਉੱਠ ਕੇ ਸੁਲਤਾਨਪੁਰ ਬੈਠੇ ਜਿਹਨਾਂ ਨੂੰ ਝੰਡੀ ਪੁੱਟ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ
ਉਸ ਪਰਿਵਾਰ ਦੇ ਵੀ, ਉਸ ਪਰਿਵਾਰ ਦਾ ਖੂਨ ਸੀ ਇਹ ਮਾਤਾ ਜੀ ਦੇ। ਸੋ ਇਸ ਕਰਕੇ ਦਰਦੀ ਸਾਹਿਬ ਨੇ ਵੀ ਬੜੀ ਦਸਾਂ ਨੌਂ ਦੀ ਕਮਾਈ ਕਰਕੇ ਨੇਕ ਨੀਤੀ ਦੀ ਜ਼ਿੰਦਗੀ ਜੀ ਅੱਜ ਸਾਡੇ ਵਿੱਚ ਆ। ਮੈਂ ਉਹਨਾਂ ਦੀਆਂ ਬੁੱਕਸ ਵੀ ਲਿਖਦੇ ਆ, ਕਿਉਂਕਿ ਮੇਰੇ ਨਾਲ ਉਹਨਾਂ ਦਾ ਹਮੇਸ਼ਾ ਜਦੋਂ ਬਚਪਨ ਤੋਂ ਮੈਂ ਉਹਨਾਂ ਦੇ ਹੱਥਾਂ 'ਚ ਪਾਇਆ, ਦੇਖਦਾ ਰਿਹਾ ਉਹਨਾਂ ਨੂੰ ਵੀ ਇਹਨਾਂ ਦੀ ਸੋਚ ਕੀ ਆ। ਅਤੇ ਜਦੋਂ ਪੁਰਾਣੇ ਬਜ਼ੁਰਗ ਵੇਖਦੇ ਹੁੰਦੇ ਸੀ ਖਾਨਦਾਨ ਨਾਨਕੇ ਦਾਦਕੇ, ਅਤੇ ਜਦੋਂ ਚੰਗਾ ਪਰਿਵਾਰ ਦੇ ਵਿੱਚ ਚੰਗੇ ਖਾਨਦਾਨ 'ਚੋਂ ਕੋਈ ਜੀ ਆ ਜਾਵੇ ਤਾਂ ਭਾਗ ਲੱਗ ਜਾਂਦੇ ਹੁੰਦੇ ਪਰਿਵਾਰ ਨੂੰ। ਸੋ ਇਸ ਕਰਕੇ ਇਹ ਮਾਤਾ ਜੀ ਦਾ ਜਿਹੜਾ ਇਹ ਪਰਿਵਾਰ ਆ ਬਹੁਤ ਦੂਰ ਹੁੰਦੇ ਚੀਜ਼ ਸੋਚ ਵਾਲਾ ਪਰਿਵਾਰ ਆ। ਮੇਰੇ ਵੀਰ ਸਾਹਿਬ ਗੁਰਦੀਪ ਸਿੰਘ ਜੀ, ਬਲਾਕ ਸੰਮਤੀ ਮੈਂਬਰ ਸਾਹਿਬ, ਸਰਪੰਚ ਸਾਹਿਬ, ਤੁਸੀਂ ਸਾਰੇ ਲੋਕਾਂ ਨੇ ਬਣਾਇਆ। ਮੇਰਾ ਵੀਰ ਛੋਟਾ ਸੁਖਬੀਰ ਜਿਹੜਾ ਵਿਦੇਸ਼ ਦੇ ਵਿੱਚ ਯੂਕੇ ਦੀ ਧਰਤੀ 'ਤੇ ਆਪਣੀ ਦਸਾਂ ਨੌਂ ਦੀ ਕਮਾਈ ਕਰਨ ਪਹੁੰਚਿਆ, ਕਿਉਂਕਿ ਆ ਸਾਡੇ ਪੰਜਾਬੀ ਜਿਹੜੇ ਲੋਕ ਆ ਅਸੀਂ ਸਾਡੇ ਖੂਨ ਦੇ ਵਿੱਚ ਜਜ਼ਬਾ, ਕਿਉਂਕਿ ਇਹ ਬਜ਼ੁਰਗਾਂ ਦੇ ਜਿਹੜੀ ਸੋਚ ਆ ਅਸੀਂ ਉਹਨੂੰ ਜਦੋਂ ਵਧਾਉਂਦੇ ਹਾਂ ਉਹਦੇ ਨਾਲ ਮਾਪਿਆਂ ਨੂੰ ਵੀ ਖੁਸ਼ੀ ਮਿਲਦੀ ਆ। ਇਹ ਵਿਦੇਸ਼ ਜਾ ਕੇ ਜਿਹੜੀਆਂ ਮਿਹਨਤਾਂ ਕਰਦੇ ਸਾਡੇ ਸੱਤ ਸਮੁੰਦਰੋਂ ਪਾਰ ਵੀਰ, ਸੌਖਾ ਨਹੀਂ ਹੈਗਾ ਉੱਥੇ ਜਾ ਕੇ ਸੰਘਰਸ਼ ਕਰਨਾ, ਪਰ ਜਦੋਂ ਅਸੀਂ ਉੱਥੇ ਕਰਦੇ ਸੰਘਰਸ਼ ਸਾਨੂੰ ਸਫਲਤਾ ਵੀ ਮਿਲਦੀ ਆ, ਅਸੀਂ ਆਪਣੇ ਪਿਛੋਕੜ ਨੂੰ ਵੀ ਵਧਾਉਂਦੇ ਹਾਂ। ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਪਰਿਵਾਰ ਨੂੰ ਹੋਰ ਉੱਚੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਲਈ। ਸੋ ਮੈਂ ਸਮਝਦਾ ਬੜਾ ਵੱਡਾ ਨੁਕਸਾਨ ਹੋਇਆ, ਮਾਤਾ ਜੀ ਦੇ ਦਰਸ਼ਨ ਕਰਨ ਦਾ ਬਹੁਤ ਮੌਕਾ ਮਿਲਿਆ, ਇੱਥੇ ਸਾਹਮਣੇ ਮੰਜੇ 'ਤੇ ਬੈਠੇ ਹੋਣਾ, ਜਦੋਂ ਵੀ ਆਉਣਾ ਉਹਨਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਣਾ। ਅੱਜ ਜਦੋਂ ਬਿਮਾਰ ਹੋਏ ਸਗੋਂ ਉੱਦਣ ਨਹੀਂ ਮੇਰੇ ਕੋਲ ਆ ਹੋਇਆ, ਪਹਿਲਾਂ ਅਸੀਂ ਇੱਥੇ ਆ ਕੇ ਮਿਲ ਕੇ ਜਾਂਦੇ ਰਹੇ ਹਾਂ। ਸੋ ਇਸ ਕਰਕੇ ਇਹ ਜਿਹੜੀਆਂ ਰੂਹਾਂ ਸਾਡੇ ਕੋਲ ਜਾਂਦੀਆਂ, ਇਹਨਾਂ ਰੂਹਾਂ ਦੇ ਜਾਣ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ, ਇਹ ਘਾਟਾ ਪੂਰਾ ਨਹੀਂ ਹੋਣਾ। ਸੋ ਆਪਾਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਪਰਮਾਤਮਾ ਇਸ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ, ਇਸ ਪਰਿਵਾਰ ਨੂੰ ਤਰੱਕੀ ਬਖਸ਼ਣ, ਪਿਆਰ ਅਖਵਾਕ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਇਹ ਪਰਿਵਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਔਰ ਜਿੱਥੇ ਗੁਰੂ ਨਾਲ ਜੁੜ ਕੇ ਰਹਿਣ ਵਾਲਾ ਪਰਿਵਾਰ ਆ, ਸਭ ਤੋਂ ਅਸੀਂ ਗੁਰੂ ਨੂੰ ਗੁਰੂ ਜਦੋਂ ਮੰਨ ਕੇ ਚੱਲਦੇ ਹਾਂ, ਗੁਰੂ ਦੀ ਕਿਰਪਾ ਹੋਵੇ ਤਾਂ ਸਾਰੀਆਂ ਗੱਲਾਂ 'ਚ ਅਸੀਂ ਪਰਮਾਤਮਾ ਕਿਰਪਾ ਕਰ ਦਿੰਦਾ। ਅਤੇ ਅੱਜ ਹੁਕਮ ਵੀ ਅਸੀਂ ਗੁਰੂ ਸਾਹਿਬਾਨ ਦਾ ਮੰਨ ਰਹੇ ਹਾਂ, ਕਿਉਂਕਿ ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਇਆ, ਜਿਸ ਦਿਨ ਉਹਦਾ ਜਨਮ ਹੋਇਆ, ਸਵਾਸਾਂ ਦਾ ਸਮਾਂ ਸਥਾਨ ਨਿਸ਼ਚਿਤ ਹੈ। ਅੱਜ ਅੰਤਮ ਅਰਦਾਸ ਵੀ ਆਪਾਂ ਗੁਰੂ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਹੋਈ, ਇਹ ਭਾਣਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੰਨ ਰਹੇ। ਸੋ ਸੱਚੇ ਪਾਤਸ਼ਾਹ ਪਰਮਾਤਮਾ ਦੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਣਾ। ਅਸੀਂ ਅੱਜ ਗੁਰੂ ਸਾਹਿਬਾਨ ਦੇ ਹੁਕਮ ਦੇ ਨਾਲ ਉਹਨਾਂ ਦੇ ਅੱਗੇ ਜੋ ਉਹਨਾਂ ਦਾ ਹੁਕਮ ਸੀ ਉਹਦੇ ਨਾਲ ਅਸੀਂ ਅਰਦਾਸ ਬੇਨਤੀ ਕੀਤੀ। ਰਾਗੀ ਸਿੰਘਾਂ ਨੇ, ਹਜ਼ੂਰੀ ਰਾਗੀ ਜਿਹੜੇ ਸ੍ਰੀ ਗੁਰੂ ਸਾਡੇ ਬਹੁਤ ਹੀ ਜਿਹੜਾ ਸਾਡਾ ਪਵਿੱਤਰ ਸਥਾਨ ਆ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੋਂ ਆ ਕੇ ਉਹਨਾਂ ਨੇ ਆਪਣਾ ਜਿਹੜਾ ਰਸ ਕੰਨਾ ਕੀਰਤਨ ਸਾਰਾ ਸਾਨੂੰ ਸਰਵਣ ਕਰਵਾਇਆ, ਸਾਨੂੰ ਜ਼ਿੰਦਗੀ ਔਰ ਮੌਤ ਦੇ ਸਫ਼ਰ ਬਾਰੇ ਦੱਸਿਆ, ਉਹਨਾਂ ਨੇ ਬਾਣੀ ਦੇ ਨਾਲ ਜੋੜਿਆ। ਇਹ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਗੁਰੂ ਸਾਹਿਬਾਨ ਦਾ। ਸਾਨੂੰ ਦੁੱਖ ਵੇਲੇ ਵੀ ਅਸੀਂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਂਦੇ ਹਾਂ, ਸੁੱਖ ਵੇਲੇ ਵੀ ਗੁਰੂ ਸਾਹਿਬਾਨ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਸੋ ਇਹ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਹੀ ਸਾਰਾ ਸੰਸਾਰ ਚੱਲਦਾ। ਅਤੇ ਆਪਾਂ ਅੱਜ ਸੱਚੇ ਪਾਤਸ਼ਾਹ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ। ਮੈਂ ਵੀ ਆਪਣੇ ਵੱਲੋਂ, ਆਪਣੀ ਕਾਂਗਰਸ ਪਾਰਟੀ ਵੱਲੋਂ, ਆਪਣੇ ਸਾਰੇ ਸ਼ੇਰ ਵਾਲੀਆਂ ਪਰਿਵਾਰ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ,
ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ, ਸੱਚੇ ਪਾਤਸ਼ਾਹ ਪਰਮਾਤਮਾ ਸਾਡੇ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਿਓ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਇੰਨਾ ਕੁਛ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਤੋਂ ਕਿਹਾ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ MLA ਸਾਹਿਬ ਲਾਡੀ ਜੀ, ਜਿਨ੍ਹਾਂ ਨੇ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੱਜ ਸਾਡੇ ਵਿੱਚ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਨੇ ਆਉਣਾ ਸੀ, ਪਰਸੋਂ ਮੇਰੀ ਗੱਲ ਹੋਈ ਸੀ ਕਿ ਜ਼ਰੂਰ ਅਸੀਂ ਪਹੁੰਚਾਂਗੇ। ਅੱਜ ਸਵੇਰੇ ਚੌਧਰੀ ਜੀ ਦੇ ਨਾਲ ਗੱਲ ਹੋਈ ਫੋਨ 'ਤੇ ਕਿ ਜ਼ਰੂਰੀ ਰੁਝੇਵੇਂ ਕਰਕੇ, ਕੰਮਕਾਰ ਕਰਕੇ, ਥੋੜ੍ਹਾ ਦੂਰੀ ਕਰਕੇ ਕਿਤੇ ਨੇੜੇ ਹੁੰਦੇ ਜ਼ਰੂਰ ਆਉਂਦੇ। ਉਹ ਵੀ ਕਹਿਣ ਲੱਗੇ ਕਿ ਮੇਰੀ ਹਾਜ਼ਰੀ ਲਵਾ ਦਿਓ, ਮੈਂ ਆਉਣਾ ਜ਼ਰੂਰ ਸੀ ਅਤੇ ਮਜਬੂਰੀ ਕਾਰਨ ਨਹੀਂ ਆ ਸਕਿਆ। ਸੋ ਹੁਣ ਇੱਥੇ ਹੀ ਬੁਲਾਰਿਆਂ ਦੀ ਸਮਾਪਤੀ ਆ। ਮੈਂ ਬੇਨਤੀ ਕਰਦਾ ਪੂਰਾ ਨਗਰ ਨਿਵਾਸੀ ਜੱਕੋਪੁਰ ਕਲਾਂ, ਕਿਉਂਕਿ ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਦਾ ਨਾਂ, ਦੋ ਦਾ ਨਾਂ ਜਾਂ ਚੌਂ ਦਾ ਨਾਂ ਲਵਾਂ ਅਤੇ ਫਿਰ ਗੱਲ ਚੰਗੀ ਨਹੀਂ ਕੋਈ ਰਹਿ ਜਾਣ ਅਤੇ ਫਿਰ ਗੱਲ ਵਧੀਆ ਨਹੀਂ ਬਣਦੀ। ਸੋ ਮੈਂ ਸਮੁੱਚੇ ਤੌਰ 'ਤੇ ਨਗਰ ਨਿਵਾਸੀ ਜੱਕੋਪੁਰ, ਜੇ ਮੈਂ ਇਹ ਕਹਿ ਜਾਵਾਂ ਕਿ ਪੰਜ ਪਿੰਡ, ਗੱਟੀ ਰਾਏਪੁਰ ਜਿਹੜਾ ਜੋਨ ਆ ਬਲਾਕ ਸਮਤੀ ਦਾ, ਕੁਮਾਰਪੁਰ, ਜੱਕੋਪੁਰ, ਕਾਕੜ ਕਲਾਂ ਅਤੇ ਨਵਾਂ ਪਿੰਡ ਖਾਲੇਵਾਲ, ਪੰਜਾਂ ਪਿੰਡਾਂ ਦੀਆਂ ਸੰਗਤਾਂ ਵੀ ਇੱਥੇ ਪਹੁੰਚੀਆਂ, ਹੋਰ ਇਲਾਕੇ ਤੋਂ ਸੰਗਤਾਂ ਪਹੁੰਚੀਆਂ ਪੰਜਾਂ ਪਿੰਡਾਂ ਦੀਆਂ। ਖਾਸ ਕਰਕੇ ਮੈਂ ਤਾਂ ਕਹਿ ਰਿਹਾ ਕਿ ਜਿਨ੍ਹਾਂ ਨੇ ਸੰਗਤੀ ਮੈਂਬਰ ਇਹਨਾਂ ਨੂੰ ਚੁਣਿਆ ਔਰ ਬੜੇ ਵੱਡੇ ਮਾਰਜਨ ਦੇ ਨਾਲ ਚੁਣਿਆ। ਸੋ ਇਹ ਸਾਰੀਆਂ ਸੰਗਤਾਂ ਜਿੰਨੀਆਂ ਵੀ ਨਗਰ ਨਿਵਾਸੀ, ਇਲਾਕਾ ਨਿਵਾਸੀ, ਰਿਸ਼ਤੇਦਾਰ, ਸੱਜਣ ਮਿੱਤਰ, ਹੋਰ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਸ ਅੱਜ ਸ਼ੋਕਮਈ ਅਵਸਰ ਦੇ ਵਿੱਚ ਇੱਥੇ ਪਹੁੰਚਣ 'ਤੇ ਪਰਿਵਾਰ ਵੱਲੋਂ ਜੀ ਆਇਆਂ। ਇੱਕ ਇੱਕ ਕਦਮ ਚੱਲਿਆ ਹੋਇਆ ਸਿਰ ਮੱਥੇ। ਸੋ ਹੁਣ ਗੁਰੂ ਮਹਾਰਾਜ ਦੀ ਦੇਗ ਵਰਤਾਈ ਜਾਵੇਗੀ, ਉਸ ਤੋਂ ਉਪਰੰਤ ਗੁਰੂ ਘਰ ਲੰਗਰ ਤਿਆਰ ਹੈ। ਬੇਨਤੀ ਆ ਸਾਰੀਆਂ ਸੰਗਤਾਂ ਨੂੰ ਕਿ ਲੰਗਰ ਛੱਕ ਕੇ ਜਾਣਾ, ਲੰਗਰ ਤੋਂ ਬਗੈਰ, ਛਕੇ ਤੋਂ ਬਗੈਰ ਕੋਈ ਨਾ ਜਾਵੇ। ਇੱਕ ਮੇਰੀ ਬੇਨਤੀ ਆ ਵੀਰਾਂ ਨੂੰ ਕਿ ਹੁਣ ਜਦੋਂ ਪ੍ਰਸ਼ਾਦ ਵਰਤੇਗਾ, ਦੇਗ ਵਰਤੇਗੀ, ਦੇਗ ਲੈਣ ਤੋਂ ਬਾਅਦ ਮੇਰੇ ਵੀਰ ਜਿਹੜੇ ਉਹ ਪਹਿਲਾਂ ਪ੍ਰਸ਼ਾਦਾ ਛਕ ਲੈਣ, ਬੀਬੀਆਂ 10 ਮਿੰਟ ਬਾਅਦ ਪ੍ਰਸ਼ਾਦਾ ਛਕ ਲੈਣ ਦੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਸੁਭਾਅ
ਵੱਡੀ ਮਾਤਾ ਜੀ ਕਰੇ।